सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। श्री गुर राम दास गुण गावो, श्री अर्जन बेगनान के नाशक, बेगनान के नाशक, हर गोविंद शुभ सो मत प्रकाशक, श्री हर राय नमो कार जोरी, नमो कार जोरी, गुर हर कृष्ण मनाए बहोरी, तेग बहादर परम कृपाला, परम कृपाला, श्री गुर गोविंद सिंह बिसाला, तरों तरा पर पुन पुन सीसा, पुन पुन सीसा, बंदो बार बार जगदीसा, जिसमें अमृत ज्ञान है माणिक भगत वैराग, गुरु ग्रंथ साहिब उदद बंदों कार अनुराग, श्री गुर शब्द कमाए जिन जिते पंच बेकार, तिन संतन कौ बंदना सिर चरणन पर तार, एकंकारा सत गुरु तेह प्रसाद सच होए, वाहे गुरु जी की फतेह है, विघ्न विनाशन सोए, वाहे गुरु जी की फतेह है, विघ्न विनाशन सोए, सतनाम श्री वाहिगुरु साहिब जी दोहरा सर्ब सबद समझाए, एह श्री नानक जगकंत अष्टपदी पुन अर्थ सो उचरी राग बसंत। वाहिगुरु जी का खालसा, वाहिगुरु जी की फतेह। सो निमाणिया दे मान, नितानिया दे तान, भगत वशल पतित पावन कृपा बख्शिश रहमत दे सागर, गुरता गद्दी ते सुभायमान
ਪ੍ਰਤੱਖ ਅਕਾਲ ਪੁਰਖ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਰਹਿਬਰ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਮਰਦ ਅਗੰਬੜਾ ਦੁਸ਼ਟ ਦਮਨ ਬਾਲਾ ਪ੍ਰੀਤਮ ਸਰਬੰਸ ਦਾਨੀ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਗਟ ਸਥਾਨ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰੂ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਆਓ ਸਾਹਿਬ ਜੀ ਨੇ ਜੋ ਸੁਭਾਗ ਬਖਸ਼ਿਸ਼ ਕੀਤਾ ਹੈ ਨਿਰੰਕਾਰੀ ਜੋਤ ਨਿਰਗੁਣ ਤੋਂ ਸਰਗੁਣ ਸਰੂਪ ਹੋ ਕਰਕੇ ਇਸ ਜਗਤ ਜਲੰਦੇ ਨੂੰ ਤਾਰਨ ਹਿੱਤ ਆਉਣ ਵਾਲੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਜੋ ਲੜੀਵਾਰ ਜੀਵਨ ਬਿਰਤਾਂਤ ਗੁਰ ਇਤਿਹਾਸ ਦੀ ਪਾਵਨ ਲੜੀ ਦੇ ਦਰਮਿਆਨ ਆਪਾਂ ਸਰਵਣ ਕਰ ਰਹੇ ਹਾਂ। ਸੋ ਪਿਛਲੇ ਰੋਜ਼ ਦੇ ਦੀਵਾਨਾਂ ਅੰਦਰ ਆਪਾਂ ਸਰਵਣ ਕੀਤਾ ਹੈ ਗਰੀਬ ਨਿਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਬਾਬਾ ਦੇਖੈ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ। ਗਰੀਬ ਨਿਵਾਰ ਸਤਿਗੁਰਾਂ ਨੇ ਇਸ ਜਗਤ ਦੇ ਹਾਲਾਤ ਦੇਖੇ ਨੇ, ਤ੍ਰਿਸ਼ਨਾ ਦੇ ਅੰਦਰ ਸੜਦੇ ਹੋਏ ਮਨੁੱਖਾਂ ਨੂੰ ਦੇਖਿਆ ਹੈ, ਸੰਸਾਰ ਦੀ ਲੋਕਾਈ ਜਿਹੜੀ ਹੈ ਵਾਸ਼ਨਾਵਾਂ ਦੇ ਅੰਦਰ ਸੜ ਬਲ ਗਈ ਇਸ ਪ੍ਰਿਥਵੀ ਨੂੰ, ਹਾਹਾਕਾਰ ਕਰਦੀ ਪ੍ਰਿਥਵੀ ਦੀ ਪੁਕਾਰ ਸੁਣੀ ਹੈ। ਗਰੀਬ ਨਿਵਾਰ ਸਤਿਗੁਰਾਂ ਨੇ ਚਾਰ ਉਦਾਸੀਆਂ 'ਚੋਂ ਪਹਿਲੀ ਉਦਾਸੀ ਜਿਹੜੀ ਪੂਰਬ ਦੀ ਯਾਤਰਾ ਸੋ ਪ੍ਰਾਰੰਭ ਕੀਤੀ ਹੈ। ਗਰੀਬ ਨਿਵਾਰ ਸਤਿਗੁਰੂ ਜੀ ਇੱਧਰਲੇ ਇਲਾਕਿਆਂ ਤੋਂ ਹੁੰਦਿਆਂ ਹੋਇਆ ਕਾਮਰੂਪ ਦੇਸ਼ ਆਸਾਮ ਵਾਲੇ ਪਾਸੇ ਵਿਚਰੇ ਨੇ, ਜਿੱਥੇ ਉਹ ਜਾਦੂਗਰਨੀਆਂ ਜਿਨ੍ਹਾਂ ਨੇ ਪਹਿਲਾਂ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਹੈ, ਫਿਰ ਗਰੀਬ ਨਿਵਾਜ ਗੁਰੂ ਨਾਨਕ ਦੇਵ ਮਹਾਰਾਜ ਦੇ ਉੱਤੇ ਵੀ ਆਪਣੇ ਜੰਤਰਾਂ ਮੰਤਰਾਂ ਤੰਤਰਾਂ ਦਾ ਜ਼ੋਰ ਪਾਉਣ ਦਾ ਯਤਨ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਉਹਨਾਂ ਜਾਦੂਗਰਨੀਆਂ ਨੂੰ ਉਪਦੇਸ਼ ਬਖਸ਼ਿਆ ਹੈ। ਅਗਾਂਹ ਮੇਰੇ ਦਾਤਾਰ ਪਿਤਾ ਜੀ ਜੋ ਪਿਛਲੀ ਲੜੀ 'ਚ ਆਪਾਂ ਸਰਵਣ ਕਰਦੇ ਆ ਰਹੇ ਹਾਂ, ਭਾਈ ਮਨਸੁਖ ਜੀ ਦੇ ਦਰਸਾਏ ਹੋਏ ਮਾਰਗ ਦੇ ਉਹਦੇ ਦਿੱਤੇ ਹੋਏ ਮਾਰਗ ਦਰਸ਼ਨ ਦੇ ਅਨੁਸਾਰ ਸੰਗਲਾਦੀਪ ਦਾ ਰਾਜਾ ਸ਼ਿਵਨਾਭ ਗਰੀਬ ਨਿਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਭੌਰਾ ਹੋਇਆ। ਦਿਨ ਰਾਤ ਉਹਦੇ ਮਨ ਦੇ ਅੰਦਰ ਇੱਕ ਤੜਫ ਹੈ, ਇੱਕ ਪਿਆਸ ਹੈ ਕਿ ਗਰੀਬ ਨਿਵਾਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਿਤੇ ਇਸ ਧਰਤੀ 'ਤੇ ਆਉਣ, ਮੇਰੇ ਇਹ ਸਵਾਸ ਜਿਹੜੇ ਹਨ ਇਹ ਸੰਪੂਰਨ ਹੋਣ ਤੋਂ ਪਹਿਲਾਂ, ਇਹ ਸਰੀਰ ਖਾਕ ਹੋਣ ਤੋਂ ਪਹਿਲਾਂ ਮੈਂ ਉਸ ਖੁਦਾ ਗੁਰੂ ਨਾਨਕ ਦੇ ਦੀਦਾਰ ਕਰ ਸਕਾਂ। ਮਨ ਦੇ ਅੰਦਰ ਬੜੀ ਤੀਬਰ ਇੱਛਾ, ਬੜੀ ਮਨਸ਼ਾ ਹੈ। ਉਹਦੇ ਇਸ ਫੁਰਨੇ ਨੂੰ ਦੇਖ ਕਰਕੇ ਕਈ ਦੰਬੀ ਪਾਖੰਡੀ ਜੈਂਜ ਕਹਿ ਦਈਏ, ਜਿਨ੍ਹਾਂ ਦੇ ਪੱਲੇ 'ਚ ਸਿਰਫ ਧਰਮ ਦਾ ਲਿਬਾਸ ਹੈ, ਜਿਨ੍ਹਾਂ ਕੋਲ ਧਰਮ ਦੀ ਕੋਈ ਜਾਣਕਾਰੀ ਜਾਂ ਧਰਮ ਅੰਦਰ ਕੋਈ ਵਰਤਦੀ ਹੋਈ ਖੇਡ ਕੱਖ ਵੀ ਨਹੀਂ ਹੈ, ਸਿਰਫ ਇੱਕ ਧਰਮ ਹੈ, ਉਹ ਵੀ ਬਾਹਰਲੇ ਚਿੰਨ੍ਹਾਂ ਦੇ ਆਧਾਰ 'ਤੇ ਵੱਖ ਵੱਖ ਤਰੀਕਿਆਂ ਦੇ ਨਾਲ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਨੇ, ਪਰ ਕੋਈ ਵੀ ਉਹਦੀਆਂ ਕਸਵੱਟੀਆਂ ਦੇ ਉੱਤੇ ਜਾਂ ਉਹਦੇ ਸਵਾਲਾਂ ਜਵਾਬਾਂ ਦੇ ਉੱਤੇ ਕੋਈ ਖਰਾ ਨਹੀਂ ਉਤਰ ਪਾਉਂਦਾ। ਆਖਰ ਉਹਦਾ ਮਨ ਥੋੜ੍ਹਾ ਥੋੜ੍ਹਾ ਕਿਤੇ ਨਾ ਕਿਤੇ ਟੁੱਟਣ ਲੱਗਦਾ ਹੈ ਵੀ ਮੈਂ ਜਿਸ ਗੁਰੂ ਨਾਨਕ ਨੂੰ ਯਾਦ ਕਰ ਰਿਹਾ ਸ਼ਾਇਦ ਉਹਦੇ ਮੈਨੂੰ ਦੀਦਾਰ ਨਹੀਂ ਹੋਣਗੇ। ਇੱਧਰ ਮੇਰੇ ਗਰੀਬ ਨਿਵਾਰ ਸਤਿਗੁਰੂ ਜੀ ਨੇ ਚਾਲੇ ਮਾਰੇ ਨੇ, ਉਸ ਸੰਗਲਾਦੀਪ ਦੀ ਪਾਵਨ ਧਰਤੀ 'ਤੇ ਪਹੁੰਚੇ ਨੇ ਅਤੇ ਉਸ ਰਾਜੇ ਸ਼ਿਵਨਾਭ ਦੇ ਮਹਿਲਾਂ ਤੋਂ ਬਾਰ ਬਾਰ, ਨਗਰ ਤੋਂ ਬਾਹਰ ਬਾਰ ਗਰੀਬ ਨਿਵਾਰ ਸਤਿਗੁਰੂ ਜੀ ਨੇ ਆਪਣਾ ਇੱਕ ਰੁੱਖ ਦੇ ਥੱਲੇ ਆਸਣ ਲਾਇਆ। ਇੱਕ ਬਾਗ ਦੇ ਅੰਦਰ ਰਾਜੇ ਸ਼ਿਵਨਾਭ ਦੇ ਕੋਲ ਖਬਰ ਪਹੁੰਚੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਵੀ ਫਕੀਰ ਆਉਂਦੇ ਨੇ, ਅੱਜ ਵੀ ਇੱਕ ਫਕੀਰ ਆਇਆ, ਹੋ ਸਕਦਾ ਗੁਰੂ ਨਾਨਕ ਹੋਵੇ, ਤੂੰ ਉਹਦੇ ਦੀਦਾਰ ਕਰ ਲਾ।
ਤੂੰ ਇੱਕ ਵਾਰ ਉਹਨੂੰ ਮਿਲ ਲਾ, ਪਰ ਜਿਵੇਂ ਪਹਿਲਾਂ ਵੀ ਉਹ ਪਰਖ ਕਰਦਾ ਹੈ, ਉਹਨੇ ਉਸੇ ਪਰਖ ਦੇ ਤਹਿਤ ਅੱਜ ਫਿਰ ਕੁਝ ਦਾਸੀਆਂ, ਕੁਝ ਗੋਲੀਆਂ ਜਾਂ ਵੇਸਵਾਵਾਂ ਕਹਿ ਸਕਦੇ, ਉਹਨਾਂ ਨੂੰ ਬੁਲਾਇਆ ਹੈ ਅਤੇ ਬਹੁਤ ਖੂਬ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਕਿ ਅੱਜ ਜੋ ਬਾਗ ਦੇ ਵਿੱਚ ਫਕੀਰ ਆਏ ਨੇ, ਜੋ ਮੈਨੂੰ ਖਬਰ ਮਿਲੀ ਹੈ, ਤੁਸੀਂ ਜਾ ਕਰਕੇ ਪਹਿਲਾਂ ਉਹਨਾਂ ਨੂੰ ਪਰਖ ਕੇ ਆਓ, ਦੇਖਦੇ ਹਾਂ ਉਹ ਮੇਰੀ ਪਰਖ ਦੇ ਵਿੱਚ ਖਰੇ ਉਤਰਦੇ ਨੇ ਕਿ ਨਹੀਂ। ਤੁਸੀਂ ਆਪਣੀ ਹਾਵ ਭਾਵ ਜਿਹੜੇ ਨੇ ਉਹਨਾਂ ਦੇ ਅੱਗੇ ਬਖੇਰਨਾ ਕਰੋ, ਜੇ ਥਿੜਕ ਜਾਣਗੇ ਤਾਂ ਗੁਰੂ ਨਾਨਕ ਨਹੀਂ ਹੋਏਗਾ, ਅਤੇ ਜੇ ਨਾ ਥਿੜਕਿਆ ਤਾਂ ਉਹ ਗੁਰੂ ਨਾਨਕ ਹੋਏਗਾ, ਮੈਂ ਦੀਦਾਰ ਕਰਨ ਦੇ ਵਾਸਤੇ ਚਲਾ ਜਾਵਾਂਗਾ। ਸੋ ਇਸ ਤਰ੍ਹਾਂ ਉਹਨੇ ਦਾਸੀਆਂ ਨੂੰ, ਗੋਲੀਆਂ ਨੂੰ ਜਿਹੜੀਆਂ ਉੱਥੇ ਰਹਿਣ ਵਾਲੀਆਂ ਨੇ, ਉਹਨਾਂ ਨੂੰ ਪ੍ਰੇਰਿਆ ਹੈ। ਗਰੀਬ ਨਿਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਗਈਆਂ, ਉਹਨਾਂ ਦੇ ਵਿੱਚੋਂ ਇੱਕ ਮੁੱਖ ਜਿਹੜੀ ਹੈ ਉਹਨੇ ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਈ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਦਾ ਯਤਨ ਕੀਤਾ। ਸਤਿਗੁਰਾਂ ਨੇ ਉਹਨੂੰ ਧਰਮ ਦਾ ਉਪਦੇਸ਼, ਅਧਿਆਤਮਿਕਤਾ ਦਾ ਗਿਆਨ ਬਖਸ਼ਿਸ਼ ਕੀਤਾ ਹੈ। ਸੋ ਇੱਥੋਂ ਤੱਕ ਆਪਾਂ ਕੱਲ੍ਹ ਸਰਵਣ ਕੀਤਾ। ਆਓ ਅਗਲੇ ਪੰਥ ਨੂੰ, ਅਗਲੇ ਸਫ਼ਰ ਨੂੰ ਇਤਿਹਾਸ ਦੀ ਲੜੀ ਦੇ ਦਰਮਿਆਨ ਤੈਅ ਕਰਨ ਦਾ ਯਤਨ ਕਰੀਏ। ਜਿਤਨੇ ਜੁੜ ਬੈਠੇ ਹੋ, ਆਓ ਅਰਦਾਸ ਕਰੋ, ਦਾਤਾਰ ਪਿਤਾ ਤਰਸ ਕਰਿਓ, ਸਾਨੂੰ ਸਭਨਾ ਨੂੰ ਮਨ ਬਿਰਤੀਆਂ ਸੁਰਤ ਇੰਦਰਿਆਂ ਦੀ ਇਕਾਗਰਤਾ ਬਖਸ਼ਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਬਖਸ਼ ਕੇ ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ ਦਿਓ। ਆਓ ਜਿਤਨੇ ਜੁੜ ਬੈਠੇ ਹੋ, ਪਿਆਰ ਸਹਿਤ ਇੱਕ ਦਫ਼ਾ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਦੋਹਰਾ ਸਰਬ ਸਬਦ ਸਮਝਾਏ ਸ੍ਰੀ ਨਾਨਕ ਜਗ ਕੰਤ। ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਰਾਗ ਅੰਦਰ ਸਾਹਿਬ ਜੀ ਨੇ ਉਹਨਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ। ਤਾਂ ਕਵੀ ਜੀ ਇੱਥੇ ਅੱਜ ਪ੍ਰਾਰੰਭਤਾ ਕਰਦਿਆਂ ਕਹਿੰਦੇ ਸਰਬ ਸ਼ਬਦ ਸਮਝ ਆਏ। ਸਾਰਾ ਸ਼ਬਦ ਜਿਹੜਾ ਸੀ ਆਸਾ ਰਾਗ ਅੰਦਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਉਚਾਰਨ ਕਰਕੇ ਇਹਦੇ ਅਰਥ ਜਿਹੜੇ ਸਨ ਬਹੁਤ ਸੋਹਣੇ ਖੂਬ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣੇ ਕੀਤੇ ਹਨ। ਅਸ਼ਟਪਦੀ ਪੁਨ ਅਰਥ ਸੋ ਉਚਰੀ ਰਾਗ ਬਸੰਤ। ਫਿਰ ਬਸੰਤ ਰਾਗ ਦੇ ਅੰਦਰ ਗਰੀਬ ਨਿਵਾਜ ਸਤਿਗੁਰਾਂ ਜੀ ਨੇ ਇੱਕ ਹੋਰ ਪਾਵਨ ਸ਼ਬਦ ਉਚਾਰਨ ਕੀਤਾ ਜੋ ਅਸ਼ਟਪਦੀ ਦੇ ਰੂਪ ਅੰਦਰ ਹੈ, ਭਾਵ ਜਿਸ ਪਾਵਨ ਸ਼ਬਦ ਦੇ ਅੱਠ ਪਦੇ ਹਨ। ਸੋ ਸਤਿਗੁਰਾਂ ਨੇ ਬਸੰਤ ਰਾਗ ਅੰਦਰ ਅਸ਼ਟਪਦੀ ਰੂਪ ਅੰਦਰ ਸ਼ਬਦ ਉਚਾਰਨ ਕਰਕੇ ਉਹਨਾਂ ਨੂੰ ਅਗਾਂਹ ਦਾ ਜਿਹੜਾ ਅਧਿਆਤਮਿਕ ਉਪਦੇਸ਼ ਸੋ ਬਖਸ਼ਿਆ ਹੈ। ਬਸੰਤ ਮਹੱਲਾ ਪਹਿਲਾ ਜਗ ਕਊਆ ਨਾਮ ਨਹੀਂ ਚੀਤ। ਸਾਹਿਬ ਜੀ ਕਹਿਣ ਲੱਗੇ ਐ ਮੇਰੀਓ ਬੱਚੀਓ, ਕਿਉਂਕਿ ਉਹਨਾਂ ਨੂੰ ਸਤਿਗੁਰਾਂ ਨੇ ਇਸੇ ਸ਼ਬਦ ਦੇ ਅੰਦਰ ਬੱਚੀਆਂ ਦੇ ਨਾਲ, ਧੀਆਂ ਦੇ ਨਾਲ ਸਾਹਿਬ ਜੀ ਨੇ ਉਹਨਾਂ ਨੂੰ ਸੰਬੋਧਨ ਕੀਤਾ, ਪੁੱਤਰੀਆਂ ਦੇ ਨਾਲ ਸੰਬੋਧਨ ਕੀਤਾ। ਤਾਂ ਸਾਹਿਬ ਜੀ ਕਹਿਣ ਲੱਗੇ ਐ ਮੇਰੀਓ ਪੁੱਤਰੀਓ, ਐ ਬੱਚੀਓ, ਐ ਧੀਓ, ਸੰਸਾਰ ਦਾ ਇੱਕ ਸੁਭਾਅ ਹੈ ਜਗ ਕਊਆ ਨਾਮ ਨਹੀਂ ਚੀਤ। ਜਿਸ ਤਰ੍ਹਾਂ ਕਾਂ ਦਾ ਇੱਕ ਸੁਭਾਅ ਹੁੰਦਾ, ਉਹ ਜਿੱਥੇ ਵੀ ਗੰਦਗੀ ਦੇਖਦਾ, ਜਿੱਥੇ ਵੀ ਗੰਦਗੀ ਦਾ ਢੇਰ ਦੇਖਦਾ, ਉਹ ਭਾਵੇਂ ਆਸਮਾਨ ਦੇ ਵਿੱਚ ਕਿੰਨਾ ਵੀ ਉੱਚਾ ਕਿਉਂ ਨਾ ਉੱਡਦਾ ਹੋਵੇ, ਜਿਵੇਂ ਇੱਲ ਦਾ ਵੀ ਸੁਭਾਅ ਹੁੰਦਾ ਉਹ ਆਕਾਸ਼ ਦੇ ਵਿੱਚ ਆਸਮਾਨ ਵਿੱਚ ਕਿੰਨੀ ਉਚਾਈ 'ਤੇ ਉੱਡਦੀ ਹੋਵੇ, ਜਿਵੇਂ ਉਹਨੂੰ ਕੋਈ ਮਰਿਆ ਹੋਇਆ ਜਾਨਵਰ ਦਿਖਾਈ ਦੇਵੇ, ਉਹਨੂੰ ਹੱਡਾ ਰੋੜੀ ਦਿਖਾਈ ਦੇ ਦੇਵੇ, ਐਨ ਉੱਚੀ ਉੱਡਦੀ ਹੋਈ ਇੱਲ ਜਿਹੜੀ ਆ ਸਕਿੰਟ ਨਹੀਂ ਲਾਉਂਦੀ ਜ਼ਮੀਨ 'ਤੇ ਆ ਬਹਿੰਦੀ ਹੈ। ਇਸੇ ਤਰ੍ਹਾਂ ਕਾਂ ਦਾ ਸੁਭਾਅ ਹੈ, ਉਹ ਸੋਹਣੀ ਥਾਂ ਨੂੰ ਛੱਡ ਕਰਕੇ, ਉਹ ਬਾਗਾਂ ਨੂੰ ਛੱਡ ਕਰਕੇ, ਉਹ ਸੋਹਣੇ ਘਰਾਂ ਨੂੰ ਛੱਡ ਕਰਕੇ, ਆਖਰ ਉਹ ਗੰਦਗੀ ਦੇ ਢੇਰਾਂ 'ਤੇ ਜਾ ਕਰਕੇ ਬਹਿੰਦਾ।
ਤਾਂ ਜਿਵੇਂ ਉਹਦੀ ਚੁੰਝ ਜਿਹੜੀ ਹੈ ਹਰ ਵੇਲੇ ਗੰਦਗੀ ਦੇ ਨਾਲ, ਵਿਸ਼ਟਾ ਦੇ ਨਾਲ, ਗੰਦ ਦੇ ਨਾਲ ਭਰੀ ਹੈ। ਸਾਹਿਬ ਕਹਿੰਦੇ ਜੱਗ ਕਊਆ ਨਾਮ ਨਹੀਂ ਜੀਤ, ਐ ਭਲੀਓ ਬਚੀਓ। ਸਾਰਾ ਸੰਸਾਰ ਜਿਹੜਾ ਹੈ ਕਿਸੇ ਵਿਰਲੇ ਵਾਂਝੇ ਟਾਵੇਂ ਟਾਵੇਂ ਨੂੰ ਛੱਡ ਕੇ ਸੰਸਾਰ ਦੇ ਮੁੱਖ ਜਿਹੜੇ ਹਨ ਉਹ ਸਾਰੇ ਨਿੰਦਾ ਚੁਗਲੀ ਆਦਿਕ ਗੰਦਗੀ ਦੇ ਨਾਲ ਭਰੇ ਪਏ ਨੇ। ਸਾਰਿਆਂ ਦੇ ਮੁੱਖ ਜਿਹੜੇ ਨੇ, ਕਿਸੇ ਮੂੰਹ ਦੇ ਵਿੱਚ ਚੁਗਲੀ ਹੈ, ਕਿਸੇ ਮੂੰਹ ਦੇ ਵਿੱਚ ਸੰਸਾਰ ਦੀ ਵਡਿਆਈ ਦੇ ਸ਼ਬਦ ਨੇ, ਕਿਸੇ ਮੂੰਹ ਦੇ ਵਿੱਚ ਸਿਰਫ ਪਦਾਰਥ ਨੇ, ਕਿਸੇ ਮੂੰਹ ਦੀ ਜ਼ਬਾਨ ਜਿਹੜੀ ਉਹ ਸਾਰਾ ਦਿਨ ਸੰਸਾਰ ਦੀਆਂ ਗੱਲਾਂ ਕਰਦੀ, ਪਰ ਨਾਮ ਨਹੀਂ ਚੀਤ। ਇਹਨਾਂ ਕਊਆਂ ਵਰਗੇ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਹੈ। ਨਾਮ ਵਿਸਾਰ ਗਿਰੈ ਦੇਖ ਪੀਤ, ਤੇ ਜਿਸ ਤਰ੍ਹਾਂ ਉਸ ਕਾਂ ਦਾ ਸੁਭਾਅ ਹੈ ਪੀਤ, ਉਹ ਗੰਦਗੀ ਨੂੰ ਦੇਖ ਕਰਕੇ ਥੱਲੇ ਆ ਬਹਿੰਦਾ, ਥੱਲੇ ਡਿੱਗ ਪੈਂਦਾ, ਇਸੇ ਤਰ੍ਹਾਂ ਮਨੁੱਖੀ ਸੁਭਾਅ ਹੈ ਨਾਮ ਵਿਸਾਰ। ਨਾਮ ਨੂੰ ਵਿਸਾਰ ਕਰਕੇ ਮਨੁੱਖ ਜਿਹੜਾ ਹੈ ਅਧਿਆਤਮਿਕ ਜੀਵਨ ਤੋਂ ਨਿਵਾਣ ਵੱਲ ਨੂੰ ਗਿਰਦਾ। ਕਈ ਦਫ਼ਾ ਐਸਾ ਵੀ ਕੁਝ ਲੋਕਾਂ ਦੇ ਜੀਵਨ 'ਚ ਦੇਖਣ ਨੂੰ ਆਉਂਦਾ, ਜੀਵਨ ਦਾ ਪੱਧਰ ਕੁਛ ਉੱਚਾ ਹੁੰਦਾ, ਪਰ ਜੇ ਸੰਸਾਰ ਦੇ ਵਿੱਚ ਕੋਈ ਲਾਲਚ ਮਿਲ ਜਾਏ, ਕੋਈ ਵਾਸ਼ਨਾ ਪ੍ਰਾਪਤ ਹੋ ਜਾਏ, ਤਾਂ ਵੱਡੇ ਵੱਡੇ ਉੱਚੇ ਜੀਵਨ ਦੇ ਪੱਧਰ ਜਿਹੜੇ ਨੇ ਸੋ ਨੀਵੇਂ ਹੁੰਦੇ ਤੱਕੇ ਨੇ ਜੀਵਨ ਦੇ ਅੰਦਰ। ਇਸ ਤਰ੍ਹਾਂ ਸੰਸਾਰ ਦਾ ਸੁਭਾਅ ਹੈ, ਜਿਵੇਂ ਕਾਂ ਉਚਾਈ ਤੋਂ ਨਿਵਾਣ ਵੱਲ ਆ ਜਾਂਦਾ ਗੰਦਗੀ ਦੇਖ ਕੇ, ਵਾਸ਼ਨਾ ਦੇਖ ਕਰਕੇ, ਵਿਸ਼ੇ ਦੇਖ ਕਰਕੇ, ਰੂਪ ਦੇਖ ਕਰਕੇ ਸੰਸਾਰ ਦਾ ਮਨੁੱਖ ਜਿਹੜਾ ਨਾਮ ਨੂੰ ਛੱਡ ਕਰਕੇ ਨੀਵੇਂ ਪੱਧਰ ਤੇ ਆ ਡਿੱਗਦਾ ਹੈ। ਮਨੁਆ ਡੋਲੈ ਚੀਤ ਅਨੀਤ, ਤੇ ਅਨੀਤ ਖੋਟੀ ਨੀਤੀ ਦੇ ਨਾਲ ਮਨੁੱਖ ਦਾ ਮਨ ਜਿਹੜਾ ਸੋ ਸਦਾ ਡੋਲਦਾ ਰਹਿੰਦਾ ਹੈ, ਭਾਵ ਕਿਸੇ ਸ਼ੁਭ ਨੀਤੀ ਤੇ ਡੋਲੇ ਤੇ ਹੋ ਸਕਦਾ ਭਲਾ ਹੈ ਵੀ ਚਲੋ ਚੰਗੇ ਪਾਸੇ ਮਨ ਡੋਲਿਆ, ਪਰ ਖੋਟੇ ਪਾਸੇ ਮਾੜੀ ਨੀਤ ਮਾੜੇ ਕੰਮਾਂ ਵੱਲ ਇਹ ਮਨ ਜਿਹੜਾ ਡੋਲਦਾ ਹੈ। ਜਗ ਸਿਓ ਟੂਟੀ ਝੂਠ ਪਰੀਤ, ਤੇ ਸੰਸਾਰ ਦੇ ਨਾਲ ਜੁੜ ਗਈ ਹੈ, ਝੂਠ ਦੇ ਨਾਲ ਜੁੜੀ ਹੋਈ ਹੈ, ਤੇ ਉਸ ਜਗਤ ਦੇ ਮਾਲਕ ਕਰਤੇ ਪਰਮੇਸ਼ਰ ਦੇ ਨਾਲੋਂ ਇਹਦੀ ਪ੍ਰੀਤ ਟੁੱਟੀ ਹੋਈ ਹੈ। ਕਾਮ ਕ੍ਰੋਧ ਭਿਖ ਬਜਰ ਭਾਰ, ਤੇ ਸਾਰੀ ਜ਼ਿੰਦਗੀ ਜਿਹੜੀ ਹੈ ਇਹਦੇ ਸਿਰ ਤੇ ਇੱਕ ਬਹੁਤ ਵੱਡਾ ਭਾਰ ਰਹਿੰਦਾ ਹੈ। ਉਹਨੂੰ ਸਾਹਿਬ ਜੀ ਕਹਿੰਦੇ ਇੱਕ ਕਾਮ, ਇੱਕ ਤਾਂ ਕਾਮ ਵਿਸ਼ੇ ਦਾ ਨਾਮ ਹੈ, ਇੱਕ ਕਾਮ ਜਿਹੜਾ ਸੋ ਕਾਮਨਾਵਾਂ। ਕਈ ਦਫ਼ਾ ਬੇਨਤੀ ਕਰਦੇ ਵਿਦਵਾਨਾਂ ਦੇ ਬੋਲ ਨੇ, ਕਾਮ ਕਾਮ ਸਭ ਕੋ ਕਹੈ ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾ ਵੈ ਸੋਏ। ਕਿ ਕਾਮ ਦਾ ਨਾਮ ਸਾਰਾ ਸੰਸਾਰ ਲੈਂਦਾ ਪਰ ਕਾਮ ਦੇ ਅਰਥ ਨਹੀਂ ਕੋਈ ਜਾਣਦਾ। ਜੇਤੀ ਮਨ ਕੀ ਕਾਮਨਾ ਕਾਮ ਕਹਾ ਵੈ ਸੋਏ, ਕਿ ਭਾਈ ਮਨ ਦੀਆਂ ਜਿੰਨੀਆਂ ਵੀ ਕਾਮਨਾਵਾਂ ਨੇ ਉਹ ਸਾਰੀਆਂ ਕਾਮ ਰੂਪ ਹਨ, ਤਾਂ ਇਹਨਾਂ ਕਾਮਨਾਵਾਂ ਦਾ ਭਾਰ ਹੈ ਇਸ ਜੀਵਨ ਦੇ ਅੰਦਰ। ਤੇ ਸਾਹਿਬ ਜੀ ਕਹਿੰਦੇ ਕ੍ਰੋਧ ਬਿਖ, ਫਿਰ ਕ੍ਰੋਧ ਤੇ ਕਾਮ ਦੋਨੋਂ ਜ਼ਹਿਰ ਦੇ ਵੱਤ ਨੇ, ਜਿਨ੍ਹਾਂ ਦਾ ਦਿਨ ਰਾਤ ਇਸ ਮਨੁੱਖੀ ਮਨ ਦੇ ਉੱਤੇ ਬਹੁਤ ਬੋਝ ਬੜਾ ਭਾਰ ਬਣਿਆ ਰਹਿੰਦਾ ਹੈ। ਨਾਮ ਬਿਨਾ ਕੈਸੇ ਗੁਣ ਚਾਰ, ਤੇ ਨਾਮ ਤੋਂ ਬਿਨਾ ਕਿਵੇਂ ਇਹ ਸ਼ੁਭ ਗੁਣ ਜਿਹੜੇ ਹਨ ਅੰਦਰ ਅਧਿਆਤਮਿਕਤਾ ਵਾਲੇ ਜਿਹੜੇ ਸ਼ੁਭ ਸ਼ਿੰਗਾਰ ਨੇ, ਜੋ ਸ਼ੁਭ ਗੁਣ ਨੇ, ਜਿਹਵਾ ਮਣੀਆ ਮੰਤ ਵਾਲੇ ਜਿਹੜੇ ਸ਼ੁਭ ਗੁਣ ਨੇ, ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਕਿਵੇਂ ਪ੍ਰਾਪਤ ਹੋਣਗੇ। ਰਹਾਉ ਠਹਿਰਾਓ ਦੇ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹਨ। ਘਰ ਬਾਲੂ ਕਾ ਘੂਮਣ ਘੇਰ, ਕਿ ਜਿਸ ਤਰ੍ਹਾਂ ਬਾਲੂ ਰੇਤ ਦਾ ਘਰ ਹੋਵੇ, ਤਾਂ ਇੱਕ ਸਮੁੰਦਰ ਦੇ ਕਿਨਾਰੇ ਤੇ ਤੁਸੀਂ ਕਈ ਦਫ਼ਾ ਦੇਖਿਓ ਕਦੇ ਜਾ ਕੇ, ਸਮੁੰਦਰ ਦੇ ਕਿਨਾਰੇ ਦੇ ਉੱਤੇ ਜਿਹੜੀ ਗਿੱਲੀ ਰੇਤ ਹੁੰਦੀ ਹੈ
ਉਹਦੇ ਨਾਲ ਬਹੁਤ ਲੋਕ ਜਿਹੜੇ ਨੇ ਕਈ ਪ੍ਰਕਾਰ ਦੀ ਕਲਾਕ੍ਰਿਤੀ ਜਿਹੜੀ ਉੱਥੇ ਬਣਾਉਂਦੇ ਨੇ। ਕੁਛ ਲੋਕ ਉਸ ਰੇਤ ਦੇ ਉੱਤੇ ਵੱਡੀਆਂ ਵੱਡੀਆਂ ਮੂਰਤੀਆਂ ਬਣਾਉਂਦੇ ਨੇ, ਕੁਛ ਲੋਕ ਰੇਤ ਦੇ ਢੇਰ ਜੋੜ ਕਰਕੇ, ਕਿਉਂਕਿ ਉਹ ਗਿੱਲੀ ਰੇਤ ਹੁੰਦੀ ਹੈ। ਬੜੀ ਦਫਾ ਮੈਂ ਜ਼ਿੰਦਗੀ 'ਚ ਦੇਖਿਆ ਜਦੋਂ ਉਹ ਕਰਦੇ ਨੇ, ਕੁਛ ਲੋਕ ਜਿਹੜੀ ਜ਼ਮੀਨ 'ਤੇ ਪੱਧਰ ਰੇਤ ਪਾਣੀ ਦੀ ਛੱਲ ਦੇ ਨਾਲ ਜਿਹਦਾ ਲੈਵਲ ਬਿਲਕੁਲ ਸਾਫ਼ ਹੋ ਜਾਂਦਾ, ਉਹਦੇ ਉੱਤੇ ਆਪਣੀਆਂ ਉਂਗਲਾਂ ਦੇ ਨਾਲ ਤਸਵੀਰਾਂ ਬਣਾ ਦਿੰਦੇ ਨੇ, ਕੁਛ ਲੋਕ ਰੇਤ ਦੀ ਢੇਰੀ ਬਣਾ ਕਰਕੇ ਉਹਦਾ ਕੁਛ ਬਣਾਉਂਦੇ ਨੇ। ਜਿਵੇਂ ਹੀ ਸਮੁੰਦਰ ਦੇ ਵਿੱਚੋਂ ਪਾਣੀ ਦੀ ਲਹਿਰ ਛੱਲ ਆਉਂਦੀ ਹੈ, ਉਹ ਘੁੰਮਣ ਘੇਰੀ ਦੀ ਛੱਲ ਪੈਂਦੀ ਅਤੇ ਉਹ ਬਣੇ ਹੋਏ ਰੇਤ ਦੇ ਘਰ ਜਿਹੜੇ ਨੇ ਜਾਂ ਉਹ ਰੇਤ 'ਤੇ ਬਣਾਈਆਂ ਹੋਈਆਂ ਉਂਗਲਾਂ ਨਾਲ ਤਸਵੀਰਾਂ ਜਿਹੜੀਆਂ ਨੇ, ਉਹ ਛਿੰਨ ਨਹੀਂ ਲੱਗਦਾ, ਉਹ ਪਲ ਨਹੀਂ ਲੱਗਦਾ, ਉਹ ਸਾਰਾ ਕੁਛ ਜਿਹੜਾ ਢੇਰੀ ਹੋ ਜਾਂਦਾ। ਇਸ ਤਰ੍ਹਾਂ ਫਿਰ ਜਿਵੇਂ ਹਵਾ ਦਾ ਵਾਵਰੋਲਾ ਆ ਜਾਵੇ ਤਾਂ ਰੇਤ ਦਾ ਬਣਿਆ ਹੋਇਆ ਸੁੱਕੀ ਰੇਤ ਦੀ ਕੋਈ ਕੰਧ ਕੋਈ ਘਰ ਜਿਹੜਾ, ਹਵਾ ਦਾ ਤੇਜ਼ ਵਾਵਰੋਲਾ ਆਵੇ ਤਾਂ ਉਹ ਰੇਤ ਵੀ ਜਿਵੇਂ ਆਸਮਾਨ ਵਿੱਚ ਉੱਡ ਜਾਂਦੀ। ਸਾਹਿਬ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਤੇ ਮਨੁੱਖੀ ਸਰੀਰ ਹਨ। ਬਰਖਸ ਬਾਣੀ ਬੁੱਧ ਬੁਧਾ ਹੇਰ, ਤੇ ਫਿਰ ਬਰਖਸ ਜਿਵੇਂ ਵਰਖਾ ਦਾ ਪਾਣੀ ਹੈ, ਫਿਰ ਇਹ ਸਾਰੀਆਂ ਛੱਲਾਂ ਆਦਿਕ ਜਿਹੜੀਆਂ ਨੇ ਜਿਵੇਂ ਵਰਖਾ ਦੇ ਪਾਣੀ ਦੇ ਨਾਲ ਜ਼ਮੀਨ 'ਤੇ ਖੜ੍ਹੇ ਹੋਏ ਪਾਣੀ ਦੇ ਵਿੱਚ ਬੁਲਬੁਲੇ ਪੈਦਾ ਹੁੰਦੇ ਨੇ, ਅਤੇ ਆਪਾਂ ਦੇਖਦੇ ਹਾਂ ਜਿਵੇਂ ਆਸਮਾਨ ਵਿੱਚੋਂ ਪਾਣੀ ਦੀ ਬੂੰਦ ਡਿੱਗਦੀ ਹੈ, ਇੱਕਦਮ ਇੱਕ ਬੁਲਬੁਲਾ ਇੱਕ ਬੁਦਬੁਦਾ ਪੈਦਾ ਹੁੰਦਾ, ਇੱਕ ਦੋ ਸੈਕਿੰਡ ਬੜਾ ਲੰਬੇਰਾ ਸਮਾਂ ਹੋ ਜਾਂਦਾ, ਵੈਸੇ ਇੱਕ ਸੈਕਿੰਡ ਤੋਂ ਮਸਾਂ ਕੱਢਦਾ, ਇੰਨੀ ਦੇਰ ਨੂੰ ਉਹ ਆਖਰ ਫੁੱਟ ਜਾਂਦਾ ਹੈ। ਸਾਹਿਬ ਕਹਿੰਦੇ ਇਸੇ ਤਰ੍ਹਾਂ ਉਹ ਪਾਣੀ ਦੇ ਵਿੱਚ ਬਣੇ ਹੋਏ ਬੁਲਬੁਲਿਆਂ ਦੀ ਨਿਆਈ ਇਹ ਮਨੁੱਖੀ ਸਰੀਰ ਜਿਹੜੇ ਨੇ, ਇਹ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਇਹ ਵੀ ਇੱਕ ਪਾਣੀ ਦੀ ਬੂੰਦ ਤੋਂ ਸਰੀਰ ਜਿਹੜਾ ਆਖਰ ਖੜਾ ਹੁੰਦਾ ਹੈ। ਮਾਤਰ ਬੰਦ ਤੇ ਧਰ ਚੱਕ ਫੇਰ, ਸਾਹਿਬ ਜੀ ਕਹਿਣ ਲੱਗੇ ਉਸ ਪਰਮਾਤਮਾ ਦੀ ਇੱਕ ਅਗੰਮੀ ਖੇਡ ਹੈ, ਉਹਨੇ ਇਹ ਸਾਰਾ ਚੱਕਰ ਫੇਰਿਆ ਹੈ, ਇਹ ਸਾਰੀ ਉਹਦੀ ਰਚਨਾ ਦੇਖੋ, ਕਮਾਲ ਦੀ ਗੱਲ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸਾਹਿਬ ਜੀ ਕਹਿੰਦੇ ਵੀ ਇਸ ਤਰ੍ਹਾਂ ਜੀਵਨ ਦੀ ਆਰੰਭਤਾ ਹੁੰਦੀ ਇੱਕ ਪਾਣੀ ਦੀ ਬੂੰਦ ਤੋਂ, ਆਖਰ ਇਹ ਸਰੀਰ ਖੜਾ ਹੁੰਦਾ ਹੈ, ਪੰਜ ਤੱਤ ਪੈਦਾ ਹੋ ਜਾਂਦੇ ਨੇ, ਸਰੀਰ ਖੜਾ ਹੋ ਜਾਂਦਾ, ਫਿਰ ਇਹਦੇ ਵਿੱਚ ਪਰਮਾਤਮਾ ਜੋਤ ਭਰਦਾ, ਜਿਹਨੂੰ ਸਾਹਿਬ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਫਿਰ ਇਹ ਮਿੱਟੀ ਦਾ ਨਿਰਜਿੰਦ ਪੁਤਲਾ ਜਿਹੜਾ ਇਹ ਨੱਚਣਾ ਸ਼ੁਰੂ ਕਰ ਦਿੰਦਾ, ਫਿਰ ਬੋਲਣਾ ਸ਼ੁਰੂ ਕਰਦਾ, ਕੁਝ ਦਿਨਾਂ ਬਾਅਦ ਦੇਖਣਾ ਸ਼ੁਰੂ ਕਰਦਾ ਹੈ, ਫਿਰ ਸੰਸਾਰ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ, ਸਾਰਾ ਕੁਛ ਕਰਦਿਆਂ ਕਰਦਿਆਂ ਲੰਬੇਰਾ ਸਫ਼ਰ ਤੈਅ ਕਰਕੇ, ਕਿੰਨਾ ਲੰਮਾ ਚੱਕਰ ਭੋਗ ਕਰਕੇ, ਆਖਰ ਫਿਰ ਇਹ ਸਰੀਰ ਦੇ ਵਿੱਚੋਂ ਹਵਾ ਉਸ ਵਾਸ ਨਿਕਲਦੇ ਨੇ, ਪੰਜ ਤੱਤ ਜਿਹੜੇ ਨੇ ਸੋ ਪੰਜ ਤੱਤਾਂ ਦੇ ਵਿੱਚ ਲੀਨ ਹੋ ਜਾਂਦੇ ਨੇ। ਤਾਂ ਸਾਹਿਬ ਕਹਿਣ ਲੱਗੇ ਇਹ ਸਾਰਾ ਪਰਮੇਸ਼ਰ ਨੇ ਇੱਕ ਪਾਣੀ ਦੀ ਬੂੰਦ ਦਾ ਚੱਕਰ ਬਣਾਇਆ ਹੈ। ਸਰਬ ਜੋਤ ਨਾਮੈ ਕੀ ਚੇਰ, ਭਾਈ ਚੇਰ ਦੇਖਣਾ ਕਰੋ, ਕੀ ਦੇਖੋ, ਸਾਹਿਬ ਕਹਿੰਦੇ ਸਾਰਿਆਂ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੀ ਜੋਤ ਹੈ, ਜਿਹਨੂੰ ਆਰਤੀ ਅੰਦਰ ਆਪਾਂ ਸ਼ਬਦ ਪੜ੍ਹਦੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਕਿ ਭਾਈ ਸਭ ਮਹਿ ਚੇਰ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਦੇਖਣੀ ਕਰੋ। ਸਰਬ ਉਪਾਏ ਗੁਰੂ ਸਿਰ ਮੋਰ, ਤੇ ਗੁਰੂ ਸਾਰਿਆਂ ਤੋਂ ਸਿਰਮੌਰ, ਸਾਰਿਆਂ ਤੋਂ ਸ਼੍ਰੋਮਣੀ ਹੈ, ਸਾਰਿਆਂ ਦੇ ਸੀਸ ਦੇ ਉੱਤੇ ਸੁਭਾਏਮਾਨ ਹੈ ਗੁਰੂ। ਇੰਝ ਕਹਿ ਲਈਏ ਇਸ ਸਾਰੀ ਮਨੁੱਖਤਾ, ਇਸ ਸਾਰੀ ਕਾਇਨਾਤ, ਇਸ ਬ੍ਰਹਿਮੰਡ ਦਾ ਗੁਰੂ ਸ਼੍ਰੋਮਣੀ ਹੈ ਤੇ ਸਾਰਿਆਂ ਦੇ ਅੰਦਰ ਸੁਭਾਏਮਾਨ ਹੈ। ਭਗਤ ਕਰੋ ਪਗਲਾ ਗੋ ਤੋਰ, ਸਾਹਿਬ ਜੀ ਕਹਿੰਦੇ ਇਹ ਪੁੱਤਰੀਓ, ਇਹ ਧੀਓ, ਇਹ ਬੱਚੀਓ, ਆ ਜਿਹੜੇ ਸੰਸਾਰ ਦੇ ਉੱਤੇ ਤੁਸੀਂ ਕਰਮ ਕਮਾ ਰਹੀਆਂ ਜੇ, ਜਾਂ ਜਿਨ੍ਹਾਂ ਕਰਮਾਂ ਨੂੰ ਕਮਾਉਣ ਦੇ ਵਾਸਤੇ ਤੁਸੀਂ ਮੇਰੇ ਅੱਗੇ ਆ ਕਰਕੇ ਜਿਵੇਂ ਇੱਕ ਤਰਲਾ ਲੈ ਰਹੀਆਂ ਜੇ, ਜਾਂ ਮੈਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜੇ, ਸੰਸਾਰ ਦੇ ਉੱਤੇ ਸੁਭਾਅ ਹੈ ਮਨੁੱਖੀ ਮਨ ਦਾ,
ਇੱਕ ਦੂਜੇ ਨੂੰ ਆਪਣੇ ਵੱਲ ਖਿੱਚਣਾ, ਇੱਕ ਦੂਜੇ ਨੂੰ ਆਪਣੇ ਵੱਲ ਪ੍ਰੇਰਿਤ ਕਰਨਾ। ਪਰ ਸਾਹਿਬ ਜੀ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਕਰਤੇ ਦੇ ਅੱਗੇ ਅਰਦਾਸ ਕਰੋ। ਅਤੇ ਕਾਹਦੇ ਵਾਸਤੇ? ਪਰਮੇਸ਼ਰ ਤੋਂ ਜਿਵੇਂ ਸੰਸਾਰ ਦੇ ਉੱਤੇ ਲੋਕਾਂ ਤੋਂ ਕੁਛ ਮੰਗਦੇ ਜੇ, ਆਪਣੇ ਸਰੀਰ ਦੇ ਸੁੱਖ ਮੰਗਦੇ ਜੇ, ਭਾਈ ਉਸ ਕਰਤੇ ਦੇ ਅੱਗੇ ਨਾਮ ਦੀ ਜਾਚਨਾ ਕਰੋ, ਉਸ ਪਰਮਾਤਮਾ ਦੇ ਨਾਮ ਦੀ ਮੰਗ ਦੀ ਅਰਦਾਸ ਕਰੋ। ਨਾਮ ਰਤੋ ਚਾਹੋ ਤੁਜੋ ਔਰ, ਕੀ ਅਰਦਾਸ ਕਰੋ ਕਿ ਐ ਸਤਿਗੁਰੂ ਮੈਂ ਦਿਨ ਰਾਤ ਤੇਰੇ ਨਾਮ ਦੇ ਵਿੱਚ ਰਤਿਆ ਰਹਾਂ। ਸਾਹਿਬ ਕਹਿੰਦੇ ਜਿਵੇਂ ਦਿਨ ਰਾਤ ਵਾਸ਼ਨਾਵਾਂ ਦੇ ਅੰਦਰ ਰਤੀਆਂ ਰਹਿੰਦੀਆਂ ਜੇ, ਵਿਸ਼ਿਆਂ ਦੇ ਅੰਦਰ ਤੁਹਾਡਾ ਮਨ ਰਤਿਆ ਰਹਿੰਦਾ ਹੈ, ਪਰਮੇਸ਼ਰ ਅੱਗੇ ਅਰਦਾਸ ਕਰੋ ਕਿ ਐ ਦਾਤਾ ਤੇਰੇ ਚਰਨਾਂ ਤੇਰੀ ਪ੍ਰੀਤ ਤੇਰੇ ਨਾਮ ਦੇ ਵਿੱਚ ਰਤੇ ਰਹੀਏ, ਤੇ ਇਸ ਮਨ ਦੇ ਅੰਦਰ ਤੇਰੇ ਪਾਗ ਓੜ ਤੇਰੇ ਮੁਬਾਰਕ ਚਰਨਾਂ ਦੇ ਪ੍ਰਤੀ ਖਿੱਚ ਬਣੀ ਰਹੇ। ਨਾਮ ਦੁਰਾਏ ਚਲੈ ਸੋਚੋ, ਜਿਹੜੇ ਇਸ ਮਨੁੱਖੀ ਸਰੀਰ ਅੰਦਰ ਰਹਿ ਕਰਕੇ ਪਰਮੇਸ਼ਰ ਦੇ ਨਾਮ ਨੂੰ ਜ਼ਿੰਦਗੀ ਦੇ ਵਿੱਚੋਂ ਓਹਲੇ ਕਰ ਦਿੰਦੇ ਨੇ, ਪਾਸੇ ਕਰ ਦਿੰਦੇ ਨੇ, ਜ਼ਿੰਦਗੀ 'ਚ ਨਾਮ ਤੋਂ ਵਾਂਝੇ ਹੋ ਜਾਂਦੇ ਨੇ, ਅਤੇ ਜਿਵੇਂ ਚੋਰ ਜਿਹੜਾ ਹੈ ਉਹ ਕੁਛ ਨਾ ਕੁਛ ਦੁਨੀਆਂ ਤੋਂ ਛੁਪਾ ਕੇ ਰੱਖਦਾ, ਸਾਹਿਬ ਕਹਿੰਦੇ ਉਹ ਪਰਮੇਸ਼ਰ ਦੇ ਘਰ ਦੇ ਚੋਰ ਨੇ, ਉਹਦੇ ਘਰ ਦੇ ਬਹੁਤ ਵੱਡੇ ਗੁਨਾਹਗਾਰ ਨੇ ਜਿਹੜੇ ਉਹਦੇ ਨਾਮ ਤੋਂ ਸਖਣੇ ਤੇ ਵਾਂਝੇ ਰਹਿੰਦੇ ਹਨ। ਪਤਿ ਖੋਈ ਬਿਖ ਅੰਚਲ ਪਾਏ, ਉਹਨਾਂ ਨੇ ਇਸ ਜੀਵਨ ਦੇ ਅੰਦਰ ਆਪਣੀ ਇੱਜ਼ਤ ਜਿਹੜੀ ਹੈ ਉਹ ਤੇ ਖਰਾਬ ਕੀਤੀ ਹੀ ਕੀਤੀ ਹੈ, ਕਿਉਂਕਿ ਵਿਸ਼ਈ ਮਨੁੱਖ ਦੀ ਕਦੀ ਸੰਸਾਰ ਦੇ ਭਲੇ ਪੁਰਖਾਂ ਵਿੱਚ ਕੋਈ ਇੱਜ਼ਤ ਨਹੀਂ। ਹਾਂ, ਚੋਰ ਦੀ ਚੋਰਾਂ ਦੇ ਵਿੱਚ ਇੱਜ਼ਤ ਹੋ ਸਕਦੀ ਹੈ, ਡਾਕੂ ਦੀ ਡਾਕੂਆਂ ਵਿੱਚ ਇੱਜ਼ਤ ਹੋ ਸਕਦੀ ਹੈ, ਜੂਆ ਖੇਡਣ ਵਾਲੇ ਦੀ ਜੂਆ ਖੇਡਣ ਵਾਲੀ ਟੋਲੀ ਦੇ ਵਿੱਚ ਬੜੀ ਇੱਜ਼ਤ ਹੁੰਦੀ ਹੈ ਵੀ ਭਾਈ ਇਹ ਜਿਹੜਾ ਸਾਡਾ ਬੰਦਾ ਹੈ ਜੂਏ ਦਾ ਬੜਾ ਮਾਹਰ ਹੈ। ਪਰ ਭਲੇ ਪੁਰਖਾਂ ਦੇ ਵਿੱਚ ਆਮ ਲੋਕਾਈ ਸੁਸਾਇਟੀ ਸ੍ਰਿਸ਼ਟੀ ਵਿੱਚ ਉਹਦੀ ਕੋਈ ਇੱਜ਼ਤ ਨਹੀਂ। ਸਾਹਿਬ ਕਹਿੰਦੇ ਇਸ ਤਰ੍ਹਾਂ ਪਤ ਖੋਈ ਉਹ ਆਪਣੀ ਇੱਜ਼ਤ ਵੀ ਖੋ ਜਾਂਦੇ ਨੇ, ਖਰਾਬ ਕਰ ਲੈਂਦੇ ਨੇ, ਅਤੇ ਤੁਰਨ ਲੱਗਿਆਂ ਸੰਸਾਰ ਤੋਂ ਬਿਖ ਅੰਚਲ ਪਾਏ, ਆਪਣੇ ਪੱਲੇ ਵਿੱਚ ਵਿਸ਼ੇ ਵਾਸ਼ਨਾਵਾਂ ਤੇ ਨਿੰਦਿਆ ਦੀ ਜ਼ਹਿਰ ਪਾ ਲੈਂਦੇ ਹਨ। ਸਾਚ ਨਾਮ ਰਤੋ ਪਤ ਸਿਉ ਕਰ ਜਾਏ, ਅੱਗੇ ਸਾਹਿਬ ਜੀ ਕਹਿੰਦੇ ਐ ਬੱਚੀਓ ਧੀਓ, ਸੱਚੇ ਨਾਮ ਦੇ ਵਿੱਚ ਰਤੋ ਆਪਣੇ ਆਪ ਨੂੰ ਰੰਗਣਾ ਕਰੋ, ਜਿਹਦੇ ਨਾਲ ਇਸ ਸੰਸਾਰ ਤੇ ਵੀ ਤੁਹਾਨੂੰ ਇੱਜ਼ਤ ਮਿਲੇਗੀ ਤੇ ਪਤ ਸਿਉ ਕਰ ਜਾਏ, ਆਪਣੇ ਉਸ ਮਾਲਕ ਦੇ ਘਰੇ ਬੜੀ ਇੱਜ਼ਤ ਮਾਨ ਪਤ ਪ੍ਰਤਿਸ਼ਠਾ ਨਾਲ ਜਾਵੋਗੀਆਂ। ਜੋ ਕਿਛ ਕੀ ਨਸ ਪ੍ਰਭੂ ਰਜਾਏ, ਜਿਨ੍ਹਾਂ ਨੂੰ ਜੀਵਨ ਦੀ ਸਮਝ ਆ ਜਾਂਦੀ ਹੈ। ਸਾਹਿਬ ਕਹਿਣ ਲੱਗੇ ਜਿਹੜੀਆਂ ਬੱਚੀਆਂ ਧੀਆਂ ਉਸ ਕਰਤੇ ਦੇ ਨਾਮ ਨਾਲ ਜੁੜ ਜਾਂਦੀਆਂ ਨੇ, ਉਹਨਾਂ ਨੂੰ ਫਿਰ ਸਮਝ ਆਉਂਦੀ ਕਿ ਉਹ ਮੇਰਾ ਮਾਲਕ ਜਿਹੜਾ ਜੋ ਕੁਛ ਕੀਨਸ ਪ੍ਰਭੂ ਰਜਾਏ, ਉਹ ਮਾਲਕ ਜੋ ਕੁਛ ਕਰ ਰਿਹਾ ਜ਼ਿੰਦਗੀ ਦੇ ਅੰਦਰ, ਜੋ ਕੁਛ ਵਾਪਰ ਰਿਹਾ ਉਹਦੀ ਰਜ਼ਾ ਉਹਦੇ ਹੁਕਮ ਉਹਦੀ ਖੇਡ ਅੰਦਰ ਹੈ। ਭੈ ਮਾਨ ਨਿਰਭਉ ਮੇਰੀ ਮਾਏ, ਤੇ ਜਿਹੜੀਆਂ ਉਹਦੇ ਭੈ ਨੂੰ ਮੰਨ ਲੈਂਦੀਆਂ ਨੇ, ਜਿਹੜੇ ਲੋਕ ਉਹਦੇ ਡਰ ਅੰਦਰ ਜਿਉਣ ਲੱਗ ਜਾਂਦੇ ਨੇ, ਉਹ ਸੰਸਾਰ ਵੱਲੋਂ ਨਿਰਭਉ ਹੋ ਜਾਂਦੇ ਨੇ ਮੇਰੀ ਮਾਏ। ਇੱਥੇ ਸਾਹਿਬ ਜੀ ਸੰਸਾਰ ਨੂੰ ਉਹਨਾਂ ਬੱਚੀਆਂ ਨੂੰ ਸੰਬੋਧਨ ਕਰਦੇ ਨੇ ਕਿ ਜਿਹੜੇ ਉਹਦੇ ਭੈ ਵਿੱਚ ਜਿਉਂਦੇ ਨੇ ਉਹ ਸੰਸਾਰ ਤੋਂ ਨਿਰਭਉ ਹੋ ਜਾਂਦੇ ਨੇ, ਅਤੇ ਜਿਹੜੇ ਸੰਸਾਰ ਦੇ ਭਉ ਵਿੱਚ ਜਿਉਂਦੇ ਨੇ ਲੋਕ ਕੀ ਕਹਿਣਗੇ, ਸੁਸਾਇਟੀ ਕੀ ਕਵੇਗੀ, ਦੁਨੀਆ ਕੀ ਸੋਚੇਗੀ, ਉਹ ਪਰਮੇਸ਼ਰ ਦੇ ਭੈ ਵਿੱਚ ਕਦੀ ਨਹੀਂ ਆ ਸਕਦੇ। ਇਸ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ ਉਹਦੇ ਭੈ ਦੇ ਅੰਦਰ ਜਿਉਣ ਵਾਲੇ ਨਿਰਭਉ ਹੁੰਦੇ ਹਨ। ਕਾਮਨ ਚਾਹ ਸੁੰਦਰ ਭੋਗ, ਜਿਸ ਤਰ੍ਹਾਂ ਕਾਮਨਾ ਵਾਲੀ ਇਸਤਰੀ ਜਿਹੜੀ ਹੈ, ਇੱਥੇ ਜੀਵ ਇਸਤਰੀ ਦੀ ਵੀ ਗੱਲ ਹੈ ਕਿਉਂਕਿ ਇਕੱਲੀ ਇਸਤਰੀ ਦੀ ਬਾਤ ਨਹੀਂ, ਪੁਰਸ਼ ਵੀ ਇਸੇ ਕੈਟਾਗਰੀ ਵਿੱਚ ਆਉਂਦਾ, ਤਾਂ ਕਰਕੇ ਸਾਹਿਬ ਕਹਿਣ ਲੱਗੇ ਕਾਮਨਾ ਦੇ ਵਿੱਚ ਰੱਤੀ ਹੋਈ ਜੀਵ ਇਸਤਰੀ ਜਿਹੜੀ ਹੈ
ਭਾਵੇਂ ਪੁਰਖ ਸਰੀਰ ਹੈ ਭਾਵੇਂ ਇਸਤਰੀ ਸਰੀਰ ਹੈ, ਚਾਹੇ ਭੋਗ ਸੁੰਦਰ ਭੋਗ, ਉਹ ਇਸ ਸਰੀਰ ਦੇ ਉੱਤੇ ਸੁੰਦਰ ਭੋਗ ਪਦਾਰਥ ਜਿਹੜੇ ਨੇ, ਭਾਵੇਂ ਖਾਣ ਵਾਲੇ ਨੇ, ਭਾਵੇਂ ਪਹਿਨਣ ਵਾਲੇ ਨੇ, ਭਾਵੇਂ ਪੀਣ ਵਾਲੇ ਨੇ, ਉਹ ਪਦਾਰਥ ਜਿਨ੍ਹਾਂ ਨੂੰ ਭੋਗਦੀ ਹੈ ਜ਼ਿੰਦਗੀ, ਜਿਨ੍ਹਾਂ ਨੂੰ ਸਰੀਰ ਭੋਗਦਾ ਹੈ, ਸਾਡਾ ਮਨੁੱਖੀ ਮਨ ਜਿਹੜਾ ਦਿਨ ਰਾਤ ਉਹਨਾਂ ਨੂੰ ਚਾਹੁੰਦਾ ਹੈ। ਕੱਪੜਿਆਂ ਨੂੰ ਅਸੀਂ ਭੋਗਦੇ ਹਾਂ ਦਿਨ ਰਾਤ, ਅਸੀਂ ਸੁੰਦਰ ਤੋਂ ਸੁੰਦਰ ਵਸਤਰ ਚਾਹੁੰਦੇ ਹਾਂ। ਖਾਣ ਵਾਲੇ ਪਦਾਰਥਾਂ ਨੂੰ ਭੋਗਦੇ ਹਾਂ ਦਿਨ ਰਾਤ, ਸੋਹਣੇ ਤੋਂ ਸੋਹਣਾ ਪਦਾਰਥ ਸਾਡਾ ਮਨ ਜਿਹੜਾ ਉਹ ਲੋਚਦਾ ਹੈ। ਇਸੇ ਤਰ੍ਹਾਂ ਵਾਸ਼ਨਾਵਾਂ ਨੇ ਦਿਨ ਰਾਤ ਇਹ ਮਨੁੱਖੀ ਮਨ ਲੋਚਦਾ। ਤਾਂ ਸਾਹਿਬ ਕਹਿੰਦੇ ਕਾਮਨਾ ਵਾਲੀਆਂ ਜੀਵ ਇਸਤਰੀਆਂ ਦਿਨ ਰਾਤ ਸੁੰਦਰ ਭੋਗ ਚਾਹੁੰਦੀਆਂ ਹਨ। ਪਾਨ ਫੂਲ ਮੀਠੇ ਰਸੀ ਰੋਗ, ਇਹ ਪਾਨ ਪਾਨ ਜਿਹੜੇ ਨੇ ਇੱਧਰਲੇ ਲੋਕ ਵੀ ਬਹੁਤ ਖਾਂਦੇ ਨੇ, ਪਾਨਾਂ ਦੇ ਬੀੜੇ। ਪੁਰਾਣੇ ਲੋਕ ਇੱਕ ਸ਼ਾਹੀ ਘਰਾਣੇ ਦੇ ਵਿੱਚ ਜਾਂ ਕਹਿ ਲਈਏ ਅਮੀਰਜ਼ਾਦੇ ਲੋਕ ਜਿਹੜੇ ਨੇ, ਅੱਜ ਵੀ ਕੁਝ ਸਟੇਟਸ ਦੇ ਵਿੱਚ ਦੇਖਿਆ ਕਿ ਜਿਹੜੇ ਬਹੁਤ ਉੱਚੇ ਘਰਾਣਿਆਂ ਦੇ ਲੋਕ ਹੁੰਦੇ ਨੇ ਨਾ, ਜਿਵੇਂ ਪੰਜਾਬ ਦੇ ਵਿੱਚ ਸੁਭਾਅ ਹੈ, ਆਪਾਂ ਕਿਸੇ ਦੇ ਘਰੇ ਜਾਂਦੇ ਹਾਂ, ਉਹ ਜਲ ਛਕਾਉਂਦਾ ਹੈ, ਚਾਹ ਪਾਣੀ ਛਕਾਉਂਦਾ, ਕੁਛ ਮਿੱਠਾ ਖਵਾਉਂਦਾ। ਇੱਧਰ ਕੁਛ ਉੱਚੇ ਘਰਾਣਿਆਂ ਦੇ ਲੋਕਾਂ ਵਿੱਚ ਦੇਖਿਆ ਜਾਂਦਾ, ਜਦੋਂ ਉਹਨਾਂ ਦੇ ਘਰੇ ਕੋਈ ਮਹਿਮਾਨ ਆਉਂਦਾ ਜਾਂ ਉਹਨਾਂ ਦੀ ਦੁਕਾਨ 'ਤੇ ਕੋਈ ਆਉਂਦਾ ਅਤੇ ਉਹਦੇ ਅੱਗੇ ਪਾਨ ਪਰੋਸਦੇ ਨੇ, ਉਹਦੇ ਲਈ ਬਹੁਤ ਸੋਹਣੇ ਪਾਨ ਤਿਆਰ ਕਰਵਾਏ ਜਾਂਦੇ ਨੇ, ਤਾਂ ਸਾਹਿਬ ਜੀ ਕਹਿਣ ਲੱਗੇ ਭਾਈ ਪਾਨ ਫੂਲ, ਫਿਰ ਸੋਹਣੇ ਫੁੱਲ, ਫਿਰ ਖਾਣ ਵਾਲੇ ਜਿਹੜੇ ਫਲ ਆਦਿਕ ਪਦਾਰਥ ਹਨ, ਇਹ ਸਾਰੇ ਮਿੱਠੇ ਨੇ, ਪਰ ਇਹ ਸਾਰਾ ਮਿੱਠਾਪਣ ਜਿਹੜਾ ਹੈ, ਆਖਰ ਰਸ ਹੈ ਇਹਨਾਂ ਦੇ ਵਿੱਚ, ਮਿੱਠਾਪਣ ਹੈ ਇਹਨਾਂ ਦੇ ਵਿੱਚ, ਪਦਾਰਥਾਂ ਦੇ ਵਿੱਚ ਵੀ ਮਿਠਾਸ ਹੈ, ਇੰਝ ਵੀ ਕਹਿਣ ਵਿੱਚ ਕੋਈ ਗੁਰੇਜ ਨਹੀਂ ਹੈ। ਕੱਪੜੇ ਨੂੰ ਭਾਵੇਂ ਖਾਧਾ ਨਹੀਂ ਜਾਂਦਾ, ਕਦੀ ਕਿਸੇ ਮਨੁੱਖ ਨੇ ਕੱਪੜਾ ਨਹੀਂ ਖਾਧਾ, ਪਰ ਕੱਪੜਾ ਵੀ ਮਿੱਠਾ ਹੈ। ਇਹ ਨਹੀਂ ਵੀ ਕੱਪੜਾ ਜ਼ਬਾਨ 'ਤੇ ਰੱਖਾਂਗੇ ਤਾਂ ਮਿੱਠਾ, ਨਹੀਂ, ਮਿਠਾਸ ਦਾ ਭਾਵ ਹੁੰਦਾ ਅੰਦਰ ਨੂੰ ਖੇੜਾ ਮਿਲ ਜਾਣਾ। ਜਦੋਂ ਬਹੁਤ ਸੁੰਦਰ ਮਨੁੱਖ ਕੱਪੜਾ ਪਾਉਂਦਾ, ਵੱਖ ਵੱਖ ਪਹਿਰਾਵੇ ਪਹਿਣਦਾ, ਉਹਦੇ ਅੰਦਰ ਨੂੰ ਇੱਕ ਰੰਗਤ, ਇੱਕ ਮਿਠਾਸ, ਇੱਕ ਅੰਦਰ ਨੂੰ ਸਕੂਨ ਮਿਲਦਾ, ਇਹ ਸਾਰਾ ਰਸ ਹੈ। ਕਿਸੇ ਨੂੰ ਕੱਪੜਿਆਂ ਦਾ ਰਸ ਹੈ, ਕਿਸੇ ਨੂੰ ਕਿਸੇ ਸ਼ੈ ਦਾ ਰਸ ਹੈ। ਤਾਂ ਸਾਹਿਬ ਕਹਿੰਦੇ ਸਾਰੇ ਰਸ ਜਿਹੜੇ ਅਗਾਂਹ ਚੱਲ ਕੇ ਰੋਗ ਬਣਦੇ ਹਨ। ਕੀ ਲੈ ਬਿਗਸੈ ਤੇ ਤੋ ਸੋਗ, ਇਹ ਜੀਵ ਇਸਤਰੀਆਂ ਜਿਹੜੀਆਂ ਨੇ ਖੀਲੈ ਇਹਨਾਂ ਪਦਾਰਥਾਂ, ਇਹਨਾਂ ਭੋਗਾਂ, ਇਹਨਾਂ ਰਸਾਂ ਦੇ ਅੰਦਰ ਦਿਨ ਰਾਤ ਖੇਡਦੀਆਂ ਨੇ, ਫਿਰ ਬਿਗਸੈ। ਜਦੋਂ ਇਹਨਾਂ ਵਿਸ਼ਿਆਂ, ਇਹਨਾਂ ਪਦਾਰਥਾਂ ਨੂੰ ਕੋਈ ਵੀ ਮਨੁੱਖੀ ਮਨ ਭੋਗਦਾ ਹੈ ਤਾਂ ਬੜਾ ਇੱਕ ਦਫ਼ਾ ਖੁਸ਼ ਹੁੰਦਾ ਹੈ, ਪਰ ਤੇਤੋ ਸੋਗ, ਜਿਹੜੀ ਕੁਝ ਸਮੇਂ ਦੀ ਖੁਸ਼ੀ ਮਿਲਦੀ ਹੈ ਉਹ ਪਰਤ ਕੇ 10 ਗੁਣਾ 20 ਗੁਣਾ ਸੋਗ ਦੇ ਵਿੱਚ, ਦੁੱਖ ਵਿੱਚ ਬਦਲ ਜਾਂਦੀ ਹੈ। ਪ੍ਰਭ ਸਰਣਾਗਤ ਕੀ ਨਸ ਹੋਗ, ਭਾਈ ਜਿਹੜੇ ਪ੍ਰਭੂ ਦੀ ਸ਼ਰਨ ਆ ਜਾਂਦੇ ਨੇ, ਜਿਹੜੇ ਸ਼ਰਨਾਗਤ ਤਰਾਹੇ ਤਰਾਹੇ ਕਰ ਸ਼ਰਣੀ ਆਏ, ਇਹਨ ਮਾਲਕ ਦੀ ਸ਼ਰਨ ਆਗਤ ਆ ਜਾਂਦੇ ਨੇ, ਸ਼ਰਨ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਕੀਨਸ ਹੋਗ, ਉਹ ਸੰਸਾਰ ਦੇ ਪਦਾਰਥਾਂ ਵੱਲੋਂ ਵੱਖ ਹੋ ਜਾਂਦੇ ਨੇ, ਉਹ ਅੰਦਰ ਦੀ ਬਿਰਤੀ ਦੇ ਨਾਲ ਪਦਾਰਥਾਂ ਵੱਲੋਂ ਟੁੱਟ ਜਾਂਦੇ ਹਨ। ਕਾਪੜ ਪਹਿਰਸੂ ਅਧਿਕ ਸ਼ਿੰਗਾਰ, ਦਿਨ ਰਾਤ ਮਨੁੱਖ ਜਿਹੜਾ ਅਧਿਕ ਸ਼ਿੰਗਾਰ ਤੇ ਫਿਰ ਕਾਪੜ ਪਹਿਰਸ, ਵੱਖ ਤੋਂ ਵੱਖ ਕੱਪੜੇ ਮਨੁੱਖ ਪਹਿਣਦਾ, ਫਿਰ ਦਿਨ ਰਾਤ ਮਨੁੱਖੀ ਮਨ ਦੇ ਅਲੱਗ ਅਲੱਗ ਸ਼ਿੰਗਾਰ ਨੇ। ਪਹਿਲਾਂ ਕਦੀ ਸਮਾਂ ਹੁੰਦਾ ਸੀ ਮਨੁੱਖ ਸੁਭਾਵਕ ਸਿੱਧਾ ਸਾਦਾ ਜਿਹਾ ਸ਼ਿੰਗਾਰ ਕਰਦਾ ਸੀ, ਅੱਜ ਦਾ ਜੋ ਸਮਾਂ ਹੈ, ਜਿਸ ਤਰ੍ਹਾਂ ਮਨੁੱਖ ਦੇ 3 ਭੋਜਨ ਨੇ, ਇੱਕ ਸਵੇਰੇ ਉਹਨੇ ਨਾਸ਼ਤਾ ਕਰਨਾ, ਇੱਕ ਦੁਪਹਿਰ ਦਾ ਭੋਜਨ, ਇੱਕ ਰਾਤਰੀ ਦਾ ਭੋਜਨ, ਇੰਝ ਵੀ ਸੰਸਾਰ 'ਤੇ ਮਹਿਸੂਸ ਹੁੰਦਾ ਕਿ ਸ਼ਿੰਗਾਰ ਵੀ ਮਨੁੱਖੀ ਮਨ ਦੇ 3 ਭੋਜਨ ਹੋ ਚੁੱਕੇ ਨੇ। ਉੱਠਦੇ ਸਾਰ ਬੰਦੇ ਦਾ ਸ਼ਿੰਗਾਰ ਵੱਖਰਾ, ਕੁਛ ਲੋਕ ਇੰਝ ਕਰਦੇ ਨੇ ਜੀ ਉੱਠੇ ਹਾਂ ਉੱਠਦੇ ਸਾਰ ਆਹ ਲਾਉਣਾ ਚਾਹੀਦਾ ਨਹਾਉਣ ਤੋਂ ਬਾਅਦ, ਕੁਛ ਲੋਕਾਂ ਦਾ ਦੁਪਹਿਰ ਦਾ ਸ਼ਿੰਗਾਰ ਵੱਖਰਾ ਜੀ, ਧੁੱਪ ਚੜ੍ਹ ਜਾਂਦੀ ਫਿਰ ਆਹ ਕਰੀਮਾਂ ਅਸੀਂ ਲਾਉਂਦੇ ਹਾਂ, ਰਾਤ ਨੂੰ ਸੌਣ ਲੱਗਿਆਂ ਅਸੀਂ ਆਹ ਚੀਜ਼ਾਂ ਫੇਸ 'ਤੇ ਲਾ ਕੇ ਸੌਂਦੇ ਹਾਂ। ਇਸ ਤਰ੍ਹਾਂ ਜਿਵੇਂ 3 ਭੋਜਨ ਦਿਨ ਦੇ ਵਿੱਚ ਬੰਦਾ ਗ੍ਰਹਿਣ ਕਰਦਾ,
ਤੇ ਸੁਭਾਵ ਇੰਜ ਪ੍ਰਤੀਤ ਹੁੰਦਾ ਮਨੁੱਖੀ ਮਨ ਦਾ। ਅੱਜ ਤਿੰਨ ਪ੍ਰਕਾਰ ਦੇ ਸ਼ਿੰਗਾਰ ਦੇ ਭੋਜਨ ਬਣਾਏ ਨੇ ਵੀ ਸਵੇਰੇ ਉੱਠ ਕੇ ਆਹ ਸ਼ਿੰਗਾਰ ਕਰਨਾ, ਦੁਪਹਿਰੇ ਆਹ ਕਰਨਾ, ਸੌਣ ਲੱਗਾ ਮੈਂ ਆਹ ਕੁਛ ਮੂੰਹ 'ਤੇ ਮਲਣਾ। ਫਿਰ ਪਹਿਰਾਵੇ ਵੀ ਮਨੁੱਖ ਦੇ ਤਿੰਨ ਪ੍ਰਕਾਰ ਦੇ ਨੇ, ਸਵੇਰੇ ਵੱਖਰਾ, ਦੁਪਹਿਰ ਨੂੰ ਵੱਖਰਾ ਅਤੇ ਰਾਤ ਨੂੰ ਸੌਣ ਲੱਗਿਆਂ ਵੱਖਰਾ। ਇਸ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ, ਦਿਨ ਰਾਤ ਕਾਪੜ ਪਹਿਰ ਸਕੀਨ ਸ਼ਿੰਗਾਰ, ਮਨੁੱਖੀ ਮਨ ਕੱਪੜਿਆਂ ਤੱਕ ਅਤੇ ਸ਼ਿੰਗਾਰ ਤੱਕ ਸੀਮਤ ਹੈ। ਮਾਟੀ ਫੂਲੀ ਰੂਪ ਵਿਕਾਰ, ਅਤੇ ਇਸ ਰੂਪ ਦੇ ਉੱਤੇ, ਇਸ ਮਿੱਟੀ ਦੇ ਉੱਤੇ ਜਦੋਂ ਆਪਾਂ ਸ਼ਿੰਗਾਰ ਕਰਦੇ ਹਾਂ, ਜਦੋਂ ਮਨੁੱਖੀ ਤਨ 'ਤੇ ਕੱਪੜਾ ਪਾਉਂਦੇ ਹਾਂ, ਮਨੁੱਖੀ ਮਨ ਦਾ ਸੁਭਾਅ ਹੈ ਇਹ ਫੁੱਲ ਜਾਂਦਾ। ਇੱਕ ਵਾਰ ਚੰਗਾ ਕੱਪੜਾ ਪਾ ਲਏ ਨਾ ਬੰਦਾ, ਅਤੇ ਵੈਸੇ ਫੁੱਲਿਆਂ ਨਹੀਂ ਸਮਾਉਂਦਾ, ਥੋੜ੍ਹਾ ਜਿਹਾ ਮਹਿੰਗਾ ਕੱਪੜਾ ਪਾਇਆ ਹੋਵੇ ਅਤੇ ਸਾਥੀਆਂ ਨੂੰ ਨਹੀਂ ਬੁਲਾਉਂਦਾ ਕਿ ਤੈਨੂੰ ਨਹੀਂ ਪਤਾ ਮੈਂ ਇਸ ਬ੍ਰਾਂਡ ਦੇ ਮਹਿੰਗੇ ਕੱਪੜੇ ਪਹਿਣਦਾ ਹਾਂ। ਤਾਂ ਸਾਹਿਬ ਜੀ ਕਹਿਣ ਲੱਗੇ, ਜਦੋਂ ਪਾਉਂਦਾ ਫਿਰ ਮਾਟੀ ਫੁੱਲੀ, ਇਹ ਮਨੁੱਖੀ ਮਨ, ਇਹ ਜਿਹੜੀ ਸਰੀਰ ਦੀ ਮਿੱਟੀ, ਇਹ ਫੁੱਲਦੀ ਹੈ। ਚੰਗੇ ਕੱਪੜੇ ਪਾਏ ਹੋਣ, ਬੰਦਾ ਵੈਸੇ ਹੀ ਥੋੜ੍ਹਾ ਜਿਹਾ ਛਾਤੀ ਚੌੜੀ ਕਰਕੇ ਤੁਰਦਾ ਵੀ ਮੈਂ ਮਹਿੰਗੇ ਕੱਪੜੇ ਪਾਉਣਾ, ਫੁੱਲ ਜਾਂਦਾ ਬੰਦਾ। ਅਤੇ ਸਾਹਿਬ ਕਹਿਣ ਲੱਗੇ, ਰੂਪ ਬੇਕਾਰ, ਇਹ ਸਾਰਾ ਕੁਛ ਜਿਹੜਾ ਸ਼ਿੰਗਾਰ ਕਰਨ ਤੋਂ ਬਾਅਦ ਇਹ ਰੂਪ, ਇਹ ਸਾਰਾ ਕੁਛ ਬੇਕਾਰ ਹੈ। ਮਿੱਟੀ ਵੀ ਇੱਕ ਦਿਨ ਸੜ ਕੇ ਸਵਾਹ ਹੋ ਜਾਂਦੀ, ਕੱਪੜੇ ਵੀ ਸਦਾ ਨਹੀਂ ਪਹਿਨੇ ਜਾਂਦੇ। ਕੋਈ ਬੰਦਾ ਇੰਝ ਨਹੀਂ ਕਰਦਾ ਵੀ ਮੈਂ ਬਹੁਤ ਮਹਿੰਗੇ ਬ੍ਰਾਂਡ ਦਾ ਕੱਪੜਾ ਪਹਿਨੇ ਆ ਅਤੇ ਮੈਂ ਹੁਣ ਇਹਨੂੰ ਇੱਕ ਮਹੀਨਾ ਲਾਉਣਾ ਨਹੀਂ। ਕਿੰਨਾ ਵੀ ਮਹਿੰਗਾ ਕੱਪੜਾ ਆਖਰ ਪਹਿਨਿਆ ਹੋਵੇ, ਸਵੇਰੇ ਪਹਿਨੇ, ਸ਼ਾਮ ਨੂੰ ਖਰਾਬ ਹੋ ਜਾਂਦਾ, ਆਖਰ ਉਹਨੂੰ ਲਾਉਣਾ ਪੈਂਦਾ। ਇਸ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ, ਮਨੁੱਖੀ ਰੂਪ ਦਾ, ਮਨੁੱਖੀ ਵਸਤੂਆਂ ਦਾ ਸੁਭਾਅ ਹੈ, ਆਸਾ ਮਨਸਾ ਬਾਂਦੋ ਬਾਰ, ਤੇ ਦਿਨ ਰਾਤ ਆਸਾ ਤੇ ਮਨਸਾ ਦੇ ਅੰਦਰ ਇਹ ਮਨ, ਇਹ ਮਨੁੱਖੀ ਜੀਵ ਜਿਹੜਾ ਹੈ ਬੰਨਿਆ ਰਹਿੰਦਾ ਹੈ। ਨਾਮ ਬਿਨਾ ਸੂਨਾ ਘਰ ਬਾਰ, ਭਾਈ ਨਾਮ ਤੋਂ ਬਿਨਾ ਅੰਦਰ ਦਾ ਹਿਰਦਾ ਰੂਪੀ ਘਰ ਜਿਹੜਾ ਬਿਲਕੁਲ ਸੁੰਨਾ ਹੈ। ਭਾਵੇਂ ਘਰ ਦੇ ਵਿੱਚ ਬਹੁਤ ਕੁਛ ਹੈ ਮਨੁੱਖ ਦੇ ਕੋਲ, ਪਰ ਬਾਹਰੀ ਘਰ ਦੇ ਵਿੱਚ ਵੀ ਅੱਜ ਜਦੋਂ ਦੇਖਦੇ ਹਾਂ, ਆਪਾਂ ਨੂੰ ਪਤਾ ਜਿਹੜੇ ਪੁਰਾਣੇ ਘਰ ਸੀ, ਸਿੱਧੇ ਸਾਦੇ ਦੋ ਤਿੰਨ ਕਮਰੇ ਹੋਣੇ, ਅੱਗੇ ਬਰਾਂਡਾ ਹੋਣਾ, ਅੰਦਰ ਕੋਈ ਬੈੱਡ ਪੇਟੀ ਹੋਣੀ, ਇਸ ਤੋਂ ਵੱਧ ਸੰਦੂਖ ਹੋਣਾ, ਬਹੁਤਾ ਘਰ ਦੇ ਵਿੱਚ ਕੋਈ ਫਰਨੀਚਰ, ਕੋਈ ਬਹੁਤੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਜਦੋਂ ਪੁਰਾਣੇ ਸਮੇਂ ਦੇਖਦੇ ਹਾਂ। ਪਰ ਉਦੋਂ ਘਰਾਂ ਦੇ ਵਿੱਚ ਨਾਮ ਬਾਣੀ ਹੁੰਦੀ ਸੀ। ਅੱਜ ਘਰ ਦੇ ਇੱਕ ਕਮਰੇ ਦੇ ਵਿੱਚ ਵੜ ਜਾਓ, ਗਿਣਿਆ ਨਹੀਂ ਜਾਂਦਾ ਵੀ ਮਨੁੱਖ ਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ, ਨਵੀਂ ਤੋਂ ਨਵੀਂ ਇਲੈਕਟ੍ਰੋਨਿਕ ਸਾਧਨ ਦੀ ਚੀਜ਼ ਮਨੁੱਖ ਦੇ ਕਮਰੇ 'ਚ ਪਈ ਹੈ, ਪਰ ਉਸ ਕਮਰੇ ਦੇ ਅੰਦਰ, ਉਸ ਘਰ ਦੇ ਅੰਦਰ ਨਾਮ ਖਤਮ ਹੈ। ਇਸ ਤਰ੍ਹਾਂ ਸਾਹਿਬ ਜੀ ਕਹਿਣ ਲੱਗੇ, ਹਿਰਦੇ ਘਰ ਦੀ ਬਾਤ ਹੈ। ਪਹਿਲਾਂ ਇਸ ਮਨੁੱਖ ਦੇ ਹਿਰਦੇ ਘਰ ਵਿੱਚ ਬਹੁਤੀ ਆਸ਼ਾ ਤ੍ਰਿਸ਼ਨਾ ਨਹੀਂ ਸੀ ਹੁੰਦੀ, ਇਹ ਨਾਮ ਦੇ ਨਾਲ ਭਰਿਆ ਸੀ। ਅੱਜ ਮਨੁੱਖੀ ਮਨ ਅੰਦਰ ਲੋੜਾਂ ਇੰਨੀਆਂ ਹੋ ਗਈਆਂ ਕਿ ਤ੍ਰਿਸ਼ਨਾ ਦੇ ਨਾਲ ਭਰ ਗਿਆ, ਅਤੇ ਨਾਮ ਤੋਂ ਸਾਹਿਬ ਕਹਿੰਦੇ ਖਾਲੀ ਅਤੇ ਸੱਖਣਾ ਹੋ ਗਿਆ ਹੈ। ਗਾਛੋ ਪੁੱਤਰੀ ਰਾਜ ਕੁਆਰ, ਆਖਰ ਸਾਹਿਬ ਜੀ ਨੇ ਇਹਨਾਂ ਬੱਚੀਆਂ ਨੂੰ ਜਦੋਂ ਪੁੱਤਰੀ ਸ਼ਬਦ ਕਿਹਾ, ਤਾਂ ਬੜੀ ਕਮਾਲ ਦੀ ਬਾਤ ਸੀ, ਕਿਉਂਕਿ ਜਿਸ ਪੱਧਰ 'ਤੇ ਇਹ ਜੀਵਨ ਜਿਉਂਦੀਆਂ ਪਈਆਂ ਸੀ, ਇਹਨਾਂ ਦਾ ਪੱਧਰ ਦਾਸੀਆਂ ਦਾ ਕਹਿ ਸਕਦੇ, ਗੋਲੀਆਂ ਦਾ ਕਹਿ ਸਕਦੇ, ਇੱਕ ਵੇਸਵਾਵਾਂ ਦਾ ਕਹਿ ਸਕਦੇ ਹਾਂ, ਅਤੇ ਇਸ ਤਰ੍ਹਾਂ ਦਾ ਜੀਵਨ ਪੱਧਰ ਰੱਬ ਨਾ ਕਰੇ ਜੇ ਕਿਸੇ ਦਾ ਹੋ ਜਾਏ, ਤਾਂ ਉਹਨੂੰ ਤਾਂ ਪਰਿਵਾਰ ਦੇ ਜੀ ਜਿਹੜੇ ਨੇ ਉਹ ਧੀ ਕਹਿਣ ਤੱਕ ਉਹਨੂੰ ਕਦੀ ਪ੍ਰਵਾਨ ਨਹੀਂ ਕਰਦੇ ਵੀ ਇਹ ਸਾਡੀ ਧੀ ਨਹੀਂ ਜਾਂ ਸਾਡਾ ਪੁੱਤ ਨਹੀਂ ਹੈ। ਦੋਨਾਂ ਵਾਸਤੇ ਸ਼ਬਦ ਹੈ, ਅਸੀਂ ਇੱਕ ਪੱਖ ਵਿੱਚ ਤੁਰਦੇ ਹਾਂ ਹਮੇਸ਼ਾ। ਪਰ ਇਸ ਤਰ੍ਹਾਂ ਦਾ ਜੇ ਜੀਵਨ ਦਾ ਪੱਧਰ ਕਿਸੇ ਦਾ ਹੋ ਜਾਏ, ਉਹਦੇ ਸਕੇ, ਉਹਦੇ ਮਾਂ ਬਾਪ ਉਹਨੂੰ ਆਪਣਾ ਧੀ ਪੁੱਤ ਕਹਿਣ ਵਾਸਤੇ ਤਿਆਰ ਨਹੀਂ ਹਨ। ਪਰ ਜਿਵੇਂ ਦਾ ਇਹਨਾਂ ਦਾ ਜੀਵਨ ਪੱਧਰ, ਗਰੀਬ ਨਿਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਹਨਾਂ ਨੂੰ ਧੀ ਸ਼ਬਦ ਕਿਹਾ। ਜਦੋਂ ਧੀਆਂ ਸ਼ਬਦ ਕਿਹਾ, ਇਹਨਾਂ ਦੇ ਨੇਤਰ ਭਰ ਆਏ ਕਿ ਇਹ ਬਾਬਾ, ਇਹ ਫਕੀਰ, ਇਹ ਸਾਈਂ, ਸਾਨੂੰ ਤਾਂ ਆਪਣੇ ਨਹੀਂ ਕਦੇ ਧੀਆਂ ਕਹਿੰਦੇ, ਸਾਨੂੰ ਤਾਂ ਆਪਣਿਆਂ ਨੇ ਸੰਸਾਰ ਦੀਆਂ ਮੰਡੀਆਂ ਵਿੱਚ ਵੇਚ ਦਿੱਤਾ,
ਪਹਿਲਾ ਫਕੀਰ ਡਿੱਠਾ ਜਿਹਨੇ ਸਾਨੂੰ ਧੀ ਕਹਿ ਕੇ ਸੰਬੋਧਨ ਕੀਤਾ, ਹਿਰਦਾ ਪ੍ਰੇਮ ਨਾਲ ਭਰ ਗਿਆ। ਅਤੇ ਸਾਹਿਬ ਕਹਿੰਦੇ ਗਾਛੋ ਪੁੱਤਰੀ ਰਾਜਕੁਮਾਰ, ਕੱਲੀਆਂ ਧੀਆਂ ਨਹੀਂ ਤੁਸੀਂ ਰਾਜਕੁਮਾਰੀਆਂ ਜੇ। ਅਤੇ ਗਾਛੋ ਸਾਹਿਬ ਜੀ ਕਹਿਣ ਲੱਗੇ ਸਿਮਰਨਾ ਕਰੋ, ਭਜਨਾ ਕਰੋ, ਯਾਦ ਕਰਨਾ ਕਰੋ, ਸੰਭਾਲਣਾ ਕਰੋ ਉਸ ਵਕਤ ਨੂੰ। ਨਾਮ ਪੜੋ ਸੱਚ ਦੋਤੀ ਸਵਾਰ, ਕੀ ਕਰੋ ਭਾਈ, ਨਾਮ ਪੜੋ, ਉਸ ਨਾਮ ਨੂੰ ਜਪਣਾ ਕਰੋ, ਸਿਮਰਨਾ ਕਰੋ ਉਸ ਸੱਚੇ ਨਾਮ ਨੂੰ। ਦੋਤ ਸਵਾਰ, ਦੋਤ ਅੰਮ੍ਰਿਤ ਵੇਲਾ, ਉਹ ਪਹੁ ਫੁਟਾਲਾ, ਉਹ ਜਦੋਂ ਸੂਰਜ ਦੀਆਂ ਕਿਰਨਾਂ ਚੜ੍ਹਨ ਤੋਂ ਪਹਿਲਾਂ ਦਾ ਜਿਹੜਾ ਅੰਮ੍ਰਿਤ ਵੇਲਾ ਹੈ, ਜਿਹਨੂੰ ਰਾਤ ਦਾ ਅਖੀਰਲਾ ਪੈਰ ਕਹਿੰਦੇ ਭਾਈ, ਇਹ ਬੱਚੀਓ ਧੀਓ, ਉਸ ਵੇਲੇ ਉੱਠ ਕਰਕੇ ਉਸ ਸੱਚੇ ਨਾਮ ਦਾ ਤਾਰ ਪਿਤਾ ਦੀ ਭਜਨ ਬੰਦਗੀ ਕਰਿਆ ਕਰੋ। ਪ੍ਰਿਉ ਸੇਵ ਹੋ ਪ੍ਰਭ ਪ੍ਰੇਮ ਆਧਾਰ, ਇਸ ਤਰ੍ਹਾਂ ਪ੍ਰੇਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਓ। ਕਿਹੜੇ ਕੰਮਾਂ ਦੇ ਵਿੱਚ ਪਈਆਂ, ਜੇ ਵਿਸ਼ਿਆਂ ਨੂੰ, ਵਾਸ਼ਨਾਵਾਂ ਨੂੰ ਜ਼ਿੰਦਗੀ ਦਾ ਆਸਰਾ, ਰੂਪ ਨੂੰ ਜ਼ਿੰਦਗੀ ਦਾ ਆਸਰਾ ਬਣਾਇਆ। ਸਾਹਿਬ ਜੀ ਕਹਿਣ ਲੱਗੇ ਪ੍ਰੇਮ ਨੂੰ ਜ਼ਿੰਦਗੀ ਦਾ ਆਧਾਰ ਬਣਾਓ, ਜ਼ਿੰਦਗੀ ਦਾ ਬੇਸ ਬਣਾਓ। ਅਤੇ ਪ੍ਰਿਉ ਸੇਵ ਹੋ ਭਾਈ, ਪ੍ਰੇਮ ਦੇ ਵਿੱਚ ਭਿੱਜ ਕਰਕੇ ਉਸ ਮਾਲਕ, ਉਸ ਪਰਮਾਤਮਾ ਨੂੰ ਸਿਮਰਨਾ ਕਰੋ। ਗੁਰ ਸਾਹਿਬ ਦੀ ਬਿਖ ਤਿਆਸ ਨਿਵਾਰ, ਇਸ ਤਰ੍ਹਾਂ ਗੁਰੂ ਕੇ ਸ਼ਬਦ ਦੇ ਦੁਆਰਾ ਇਹ ਬਿਖ, ਇਹ ਵਿਸ਼ਿਆਂ ਦੀ ਜਿਹੜੀ ਪਿਆਸ ਹੈ, ਇਹ ਵਾਸ਼ਨਾਵਾਂ ਦੀ ਜਿਹੜੀ ਪਿਆਸ ਹੈ, ਇਹਦੀ ਨਿਵਰਤੀ ਹੋਣੀ ਕਰੇਗੀ। ਮੋਹਨ ਮੋਹੇ ਲਿਆ ਮਨ ਮੋਹੇ, ਅਖੀਰ ਸਾਹਿਬ ਜੀ ਆਪਣੇ ਆਪ ਨੂੰ ਵੀ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਸੰਬੋਧਨ ਕਰਦੇ ਨੇ ਕਿ ਬੱਚਿਓ, ਜਿਸ ਤਰ੍ਹਾਂ ਦੀਆਂ ਤੁਸੀਂ ਇਸਤਰੀਆਂ ਜੇ, ਮੇਰਾ ਸਰੀਰ ਬੇਸ਼ੱਕ ਪੁਰਸ਼ ਵਾਲਾ, ਪਰ ਸਾਹਿਬ ਜੀ ਨੇ ਅਗਾਂਹ ਚੱਲ ਕੇ ਇਹਨਾਂ ਨੂੰ ਇਹ ਵੀ ਸਮਝਾਇਆ, ਹਮ ਸਹਿਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਕਿ ਭਾਈ ਜਿਵੇਂ ਦੀਆਂ ਤੁਸੀਂ ਇਸਤਰੀਆਂ ਹੋ, ਮੈਂ ਵੀ ਉਸ ਮਾਲਕ ਦੀ ਇਸਤਰੀ ਹਾਂ। ਸਰੀਰ ਦਾ ਫਰਕ ਹੋ ਸਕਦਾ, ਪਰ ਸਾਹਿਬ ਕਹਿਣ ਲੱਗੇ ਉਹ ਸਾਡਾ ਕੰਤ ਹੈ, ਪਤੀ ਹੈ, ਪਰਮੇਸ਼ਰ ਵਾਹਿਗੁਰੂ ਹੈ, ਮੈਂ ਵੀ ਇੱਕ ਇਸਤਰੀ ਹਾਂ। ਅਤੇ ਇੱਕ ਇਸਤਰੀ ਦੂਜੀ ਨੂੰ ਲੁਭਾਏ ਮਨ ਨਹੀਂ ਕਰ ਸਕਦੀ। ਇੰਝ ਸਾਹਿਬ ਜੀ ਨੇ ਕਿਹਾ, ਮੋਹਨ ਮੋਹੇ ਲਿਆ ਮਨ ਮੋਹੇ, ਉਹ ਮੇਰਾ ਜਿਹੜਾ ਮਾਲਕ, ਉਹ ਮੇਰਾ ਕੰਤ ਪਰਮਾਤਮਾ ਜਿਹੜਾ, ਉਹਨੇ ਮੇਰੇ ਮਨ ਨੂੰ ਮੋਹ ਲਿਆ ਹੈ। ਗੁਰ ਕੈ ਸਭ ਦੀ ਪਛਾਣਾ ਤੋਹੇ, ਇਹਦੇ ਭਾਵ ਅਰਥ, ਇੱਕ ਤਾਂ ਗੁਰੂ ਕੇ ਸ਼ਬਦ ਦੀ ਕਿਰਪਾ ਦੇ ਨਾਲ ਸਾਹਿਬ ਕਹਿੰਦੇ ਤੁਹਾਨੂੰ ਪਛਾਣ ਲਿਆ ਕਿ ਤੁਸੀਂ ਮੈਨੂੰ ਪਰਖਣ ਦੇ ਵਾਸਤੇ ਆਈਆਂ ਜੇ, ਜਾਂ ਤੁਸੀਂ ਮੈਨੂੰ ਆਕਰਸ਼ਿਤ ਕਰਨ ਵਾਸਤੇ ਆਈਆਂ ਜੇ, ਜਾਂ ਤੁਸੀਂ ਮੇਰੇ ਜੀਵਨ ਦਾ ਪੱਧਰ ਜਿਹੜਾ ਉਹਨੂੰ ਮਾਪਣ ਦੇ ਵਾਸਤੇ ਆਈਆਂ, ਤੁਹਾਨੂੰ ਪਛਾਣ ਲਿਆ। ਦੂਜਾ ਭਾਵ, ਗੁਰੂ ਕੇ ਸ਼ਬਦ ਦੇ ਨਾਲ ਪਛਾਣਾ ਤੋਹੇ, ਆਪਣੇ ਆਪ ਨੂੰ ਪਛਾਣ ਲਿਆ ਹੈ ਅਸੀਂ, ਫਿਰ ਤੋਹੇ ਤੁਹਾਨੂੰ ਪਛਾਣ ਲਿਆ ਹੈ, ਸਾਰੀ ਸ੍ਰਿਸ਼ਟੀ ਨੂੰ ਪਛਾਣ ਲਿਆ। ਇੰਝ ਸਾਹਿਬ ਕਹਿੰਦੇ ਗੁਰੂ ਕੇ ਸ਼ਬਦ ਨਾਲ ਪਛਾਣ ਹੁੰਦੀ ਹੈ। ਨਾਨਕ ਠਾਂਡੇ ਚਾਹੇ ਪ੍ਰਭੂ ਦੁਆਰ, ਅਖੀਰ ਸਾਹਿਬ ਜੀ ਕਹਿਣ ਲੱਗੇ ਬੱਚਿਓ, ਸਾਡੀ ਤਾਂ ਇੱਕ ਹੀ ਅਰਦਾਸ ਹੈ, ਇਹ ਨਾਨਕ ਤੇ ਸਦਾ ਮਾਲਕ ਦੇ ਦਰਵਾਜ਼ੇ ਤੇ ਖੜਾ ਰਹਿਣਾ ਚਾਹੁੰਦਾ ਹੈ, ਉਹਦੇ ਘਰ ਦਾ ਚਾਕਰ ਬਣ ਕੇ ਉਹਦੀ ਸਿਫਤੋਂ ਸਲਾਂਘਾ ਕਰਨੀ ਲੋਚਦਾ ਹੈ। ਤੇਰੇ ਨਾਮ ਸੰਤੋਖੇ ਕਿਰਪਾ ਧਾਰ, ਅਖੀਰ ਸਾਹਿਬ ਕਹਿਣ ਲੱਗੇ ਐ ਕਰਤੇ ਮਾਲਕ, ਤੇਰੇ ਨਾਮ ਦੇ ਨਾਲ ਹੀ ਸੰਤੋਖ ਹੈ, ਤੇ ਤੂੰ ਕਿਰਪਾ ਧਾਰਨ ਕਰ। ਇਹਨਾਂ ਬੱਚੀਆਂ ਨੂੰ ਵੀ ਸਮਝਾਇਆ ਕਿ ਭਾਈ ਤੁਹਾਨੂੰ ਇੰਝ ਵਾਸ਼ਨਾਵਾਂ 'ਚੋਂ ਵੀ ਕਦੀ ਸੰਤੋਖ ਨਹੀਂ ਆਏਗਾ, ਅਤੇ ਤੁਸੀਂ ਮਾਲਕ ਦੇ ਅੱਗੇ ਤਰਲਾ ਲਓ, ਅਰਦਾਸ ਕਰੋ ਕਿ ਦਾਤਾ ਤੇਰੇ ਨਾਮ ਦੇ ਵਿੱਚ ਹੀ ਸੰਤੋਖ ਹੈ, ਤੇ ਤੂੰ ਕਿਰਪਾ ਧਾਰਨ ਕਰਕੇ ਨਾਮ ਦੀ ਦਾਤ ਜਿਹੜੀ ਉਹ ਬਖਸ਼ਣੀ ਕਰ। ਚੋਪਈ ਸੁਣ ਕਰ ਸ੍ਰੀ ਗੁਰ ਬਚਨ ਰਸਾਲਾ, ਇੰਝ ਗਰੀਬ ਨਵਾਜ਼ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ
ਇਸ ਬੱਚੀ ਨੂੰ ਜਿਹੜੀ ਮੁੱਖ ਰੂਪ ਦੇ ਵਿੱਚ ਨਾ ਸਾਰੀਆਂ ਦੇ ਵਿੱਚੋਂ ਅੱਗੇ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਵਾਰਤਾਲਾਪ ਕਰ ਰਹੀ ਹੈ। ਸਤਿਗੁਰਾਂ ਨੇ ਉਹਨੂੰ ਬਸੰਤ ਰਾਗ ਦੇ ਇਸ ਪਾਵਨ ਅਸ਼ਟਪਦੀ ਅੰਦਰ ਅਧਿਆਤਮਿਕਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸੁਣ ਕਰ ਸ਼੍ਰੀ ਗੁਰੂ ਬਚਨ ਰਸਾਲਾ, ਸਤਿਗੁਰਾਂ ਦੇ ਰਸ ਨਾਲ ਭਰੇ ਹੋਏ ਅਧਿਆਤਮਿਕਤਾ ਦੇ ਬਚਨ ਸੁਣ ਕਰਕੇ ਮਹਿਮਾ ਨਾਮ ਮੁਕਤ ਜਨਮਾਲਾ, ਤੇ ਸਤਿਗੁਰਾਂ ਨੇ ਜੋ ਨਾਮ ਦੀ ਮਹਿਮਾ ਇਹਨੂੰ ਸਰਵਣ ਕਰਵਾਈ, ਮਾਨੋ ਜਿਵੇਂ ਇੱਕ ਮਾਲਾ ਹੈ, ਮਾਲਾ ਦੇ ਵੱਖ ਵੱਖ ਮਣਕੇ ਜਿਹੜੇ ਨੇ ਪਰੋਏ ਜਾਂਦੇ ਨੇ, ਇਹ ਸਤਿਗੁਰਾਂ ਨੇ ਨਾਮ ਦੇ ਮਣਕੇ ਜਿਹੜੇ ਸਨ ਉਹ ਨਾਮ ਦੀ ਮਾਲਾ ਪਰੋ ਕਰਕੇ ਇੱਕ ਤੋਂ ਬਾਅਦ ਇੱਕ ਪੰਕਤੀ ਅੰਦਰ ਨਾਮ ਦੀ ਮਹਿਮਾ ਕਰਕੇ ਉਸ ਪਰਮੇਸ਼ਰ ਦੇ ਨਾਮ ਦਾ ਜਸ ਉਹਦੀ ਮਹਿਮਾ ਸੁਣਾਈ ਹੈ। ਉਰ ਪਹਿਰਾਏ ਪਰਮ ਭਾ ਪ੍ਰੇਮਾ, ਜਿਸ ਤਰ੍ਹਾਂ ਬਾਹਰੀ ਤੌਰ ਤੇ ਇੱਕ ਮਣਕਿਆਂ ਦੀ ਮਾਲਾ ਹੈ, ਇੱਕ ਫੁੱਲਾਂ ਦੀ ਮਾਲਾ ਆਦਿਕ ਹੈ, ਉਹਨੂੰ ਪਰੋ ਕਰਕੇ ਕਿਸੇ ਦੇ ਗਲੇ ਵਿੱਚ ਜਦੋਂ ਪਹਿਨਾਇਆ ਜਾਂਦਾ, ਪਹਿਨਣ ਵਾਲੇ ਦਾ ਹਿਰਦਾ ਜਿਹੜਾ ਇੱਕ ਦਫ਼ਾ ਖੁਸ਼ੀ ਨਾਲ ਭਰਦਾ ਕਿ ਮੇਰੇ ਗਲ 'ਚ ਉਹਨਾਂ ਨੇ ਹਾਰ ਪਾਏ ਜੀ, ਬੰਦਾ ਇੱਕ ਦਫ਼ਾ ਫੁੱਲਦਾ ਕਿ ਹਾਂ ਉਹਨਾਂ ਨੇ ਹਾਰ ਪਾਏ ਜੀ ਸਾਡੇ ਗਲ 'ਚ। ਇਹਦੇ ਸਤਿਗੁਰਾਂ ਨੇ ਨਾਮ ਦੀ ਮਹਿਮਾ ਵਰਣਨ ਕਰਦਿਆਂ ਨਾਮ ਦੇ ਮੋਤੀ ਪਰੋ ਕਰਕੇ ਮਾਲਾ ਬਣਾਈ ਤੇ ਇਸ ਬੱਚੀ ਦੇ ਗਲ ਵਿੱਚ ਪਾਈ ਤੇ ਇਹ ਪ੍ਰੇਮ ਨਾਲ ਭਰ ਗਈ ਹੈ। ਸਿਮਰਨ ਲਿਵ ਲਗ ਮਗ ਜੋ ਖੇਮਾ, ਇਹ ਮਾਲਾ ਪਹਿਨਣ ਦੀ ਦੇਰ ਸੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਪਹਿਨਾਈ ਤਾਂ ਉਸੇ ਵੇਲੇ ਇਹਦਾ ਮਨ ਜਿਹੜਾ ਸੀ ਲਿਵ ਜੁੜ ਗਈ ਹੈ। ਕਾਹਦੇ ਵਿੱਚ? ਮਗ ਖੇਮ, ਉਹ ਜਿਹੜਾ ਖੇਮ ਮੁਕਤੀ ਦਾ ਜਿਹੜਾ ਰਸਤਾ ਹੈ, ਉਹ ਮਾਰਗ ਜਿਹੜਾ ਮੁਕਤੀ ਦਾ ਪੰਧ ਹੈ, ਉਹਦੇ ਵਿੱਚ ਇਹਦੀ ਬਿਰਤੀ ਇਹਦੀ ਸੁਰਤ ਜੁੜ ਗਈ ਹੈ। ਜਿਉਂ ਬਿਰਾਟਿਕਾ ਜਾਚਤ ਕੀਰਾ, ਜਿਵੇਂ ਬਹੁਤ ਕੋਈ ਗਰੀਬ ਹੋਵੇ, ਕੰਗਾਲ ਹੋਵੇ, ਜਿਹਦੇ ਘਰ ਵਿੱਚ ਭੋਜਨ ਪ੍ਰਸ਼ਾਦਾ ਵੀ ਇੱਕ ਵਕਤ ਤੋਂ ਬਾਅਦ ਦੂਜਾ ਨਾ ਬਣਦਾ ਹੋਵੇ, ਤੇ ਜਿਵੇਂ ਉਹਨੂੰ ਕੋਈ ਬਹੁਤ ਵੱਡੀ ਮਣੀ ਲੱਭ ਜਾਏ, ਉਹਨੂੰ ਕੋਈ ਮੋਤੀ, ਕੋਈ ਹੀਰਾ, ਕੋਈ ਪੰਨਾ ਪੁਖਰਾਜ, ਕੋਈ ਮਹਿੰਗੀ ਵਸਤੂ ਜਿਹੜੀ ਆਦਿਕ ਮਿਲ ਜਾਵੇ ਤਾਂ ਹੋਏ ਅਚਾਨਕ ਪ੍ਰਾਪਤ ਹੀਰਾ। ਇਸ ਤਰ੍ਹਾਂ ਜਿਵੇਂ ਕੌਡੀਆਂ ਮੰਗਦੇ ਹੋਏ ਮਨੁੱਖ ਨੂੰ ਬਿਰਾਟਕਾ, ਕੌਡੀ ਤੱਕ ਸੀਮਤ ਮਨੁੱਖ ਨੂੰ ਅਚਾਨਕ ਹੀਰਾ ਪ੍ਰਾਪਤ ਹੋ ਜਾਵੇ, ਜੋ ਕਦੀ ਉਹਨੇ ਸੋਚਿਆ ਵੀ ਨਾ ਹੋਵੇ ਵੀ ਮੈਨੂੰ ਵੀ ਕਦੀ ਹੀਰਾ ਮਿਲ ਜਾਏਗਾ, ਅਚਾਨਕ ਉਹਨੂੰ ਕਿਤੇ ਹੀਰਾ ਲੱਭ ਜਾਵੇ, ਕੋਈ ਹੀਰਾ ਦੇ ਦੇਵੇ, ਕਿਤੇ ਪ੍ਰਾਪਤੀ ਹੋ ਜਾਵੇ, ਜਿਵੇਂ ਉਹਦੀ ਖੁਸ਼ੀ ਦਾ ਕੋਈ ਥਾਂ ਕੋਈ ਅੰਤ ਟਿਕਾਣਾ ਨਹੀਂ ਰਹਿੰਦਾ ਹੈ। ਤਿਉਂ ਆਨੰਦੀ ਪਾ ਬਰਨ ਨਾ ਜਾਈ, ਇਸ ਤਰ੍ਹਾਂ ਇਸ ਬੱਚੀ ਨੇ, ਇਸ ਆਈ ਹੋਈ ਦਾਸੀ ਨੇ ਆਨੰਦ ਪ੍ਰਾਪਤ ਕੀਤਾ ਹੈ, ਜਿਹੜੀ ਇਹ ਸੋਚ ਕੇ ਆਈ ਸੀ ਮੈਂ ਅੱਜ ਜਿਸ ਫਕੀਰ ਕੋਲ ਜਾ ਰਹੀ ਹਾਂ ਉਹਨੂੰ ਮੈਂ ਆਪਣੇ ਵਾਸ਼ਨਾ ਦੇ ਕਲਾਵੇ ਵਿੱਚ ਲਵਾਂਗੀ, ਪਰ ਇਹਨੇ ਸੋਚਿਆ ਨਹੀਂ ਸੀ ਜਿਹਦੇ ਕੋਲ ਜਾ ਰਹੀ ਹਾਂ ਉਹ ਮੈਨੂੰ ਨਾਮ ਧਨ ਬਖਸ਼ੇਗਾ, ਉਹ ਨਾਮ ਦੀ ਮਾਲਾ ਦੇਵੇਗਾ, ਉਹ ਮੈਨੂੰ ਮੁਕਤੀ ਦਾ ਰਾਹ ਦਿਖਾ ਦੇਵੇਗਾ। ਜਦੋਂ ਇਹ ਪ੍ਰਾਪਤੀ ਹੋ ਗਈ ਤਾਂ ਇਹਦੇ ਆਨੰਦ ਦਾ ਕੋਈ ਟਿਕਾਣਾ ਵਰਣਨ ਨਹੀਂ ਹੋ ਸਕਦਾ। ਵਿਖੇ ਬਾਸਣਾ ਅਗਨ ਬੁਝਾਈ, ਸਤਿਗੁਰਾਂ ਨੇ ਇਹਦੇ ਅੰਦਰ ਜਿਹੜੀ ਵਿਸ਼ਿਆਂ ਦੀ ਵਾਸ਼ਨਾ ਦੀ ਬਲਦੀ ਹੋਈ ਜਿਹੜੀ ਅੱਗ ਸੀ, ਸਤਿਗੁਰਾਂ ਨੇ ਦਇਆ ਦ੍ਰਿਸ਼ਟੀ ਨਦਰ ਸਵੱਲੀ ਕਰਕੇ ਉਹ ਬੁਝਾ ਦਿੱਤੀ ਹੈ। ਚਰਨ ਸੇਵ ਕੀ ਨੀ ਸਭ ਜਾਮਨ, ਤੇ ਸਾਰੀ ਰਾਤ ਹੁਣ ਇਹ ਜਿਹੜੀ ਆਈ ਹੋਈ ਦਾਸੀ ਗੋਲੀ ਹੈ ਕਿੱਥੇ ਇਹ ਸੋਚ ਕੇ ਆਈ ਮੈਂ ਸਾਰੀ ਰਾਤ ਉਸ ਫਕੀਰ ਤੇ ਹਾਵ ਭਾਵ ਜਿਹੜੇ ਉਹ ਆਕਰਸ਼ਿਤ ਕਰਾਂਗੀ ਉਹਨੂੰ, ਪਰ ਹੁਣ ਸਾਰੀ ਰਾਤ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਘੁੱਟ ਦੀ ਸੇਵਾ ਕਰਦੀ ਹੈ ਤੇ ਸਤਿਗੁਰਾਂ ਦੀ ਕਈ ਪ੍ਰਕਾਰ ਦੇ ਨਾਲ ਬਚਨ ਸੁਣਨ ਦੀ ਸੇਵਾ ਕਰਦੀ ਹੈ। ਮੇਰਾ ਦ੍ਰਿਸ਼ਟ ਤੇ ਉਦਰੀ ਕਾਮਨਾ, ਇੰਜ ਇਹ ਕਾਮਨਾ ਨਾਲ ਭਰੀ ਹੋਈ ਜੀਵ ਇਸਤਰੀ ਗੁਰੂ ਦੀ ਮਿਹਰ ਦ੍ਰਿਸ਼ਟੀ ਨਾਲ ਉਧਰ ਪਾਰ ਹੋ ਗਈ ਹੈ। ਹੋਰ ਪਈ ਜੇ ਥੋ ਅਵਨੀ ਪਾ, ਸਾਰੀ ਰਾਤ ਜਿਹੜੀ ਸੀ ਇਹਨੇ ਬਤੀਤ ਕੀਤੀ ਹੈ ਗੁਰੂ ਨਾਨਕ ਦੇਵ ਮਹਾਰਾਜ ਦਾਤਾਰ ਪਿਤਾ ਦੀ ਸੰਗਤ ਵਿੱਚ, ਫਿਰ ਭੋਰ ਪਈ
ਜਦੋਂ ਸਵੇਰ ਹੋਈ, ਸੂਰਜ ਚੜ੍ਹਿਆ, ਪਹੁ ਫੁਟਾਲਾ ਹੋਇਆ, ਉੱਠ ਕਰਕੇ ਫਿਰ ਵਾਪਸ ਰਾਜੇ ਕੋਲ ਸ਼ਿਵ ਨਾਭ ਕੋਲ ਗਈ ਹੈ। ਉਹ ਚੀਤਾ ਕੇ ਜਾਏ ਸਮੀਪ, ਰਾਜੇ ਦੇ ਮਹਿਲ ਵਿੱਚ ਗਈ ਹੈ, ਸਿਪਾਹੀਆਂ ਦਰਬਾਨਚੀਆਂ ਤੋਂ ਆਗਿਆ ਲਈ ਹੈ ਤੇ ਰਾਜੇ ਦੇ ਨਿਕਟ ਪਹੁੰਚੀ, ਉਹਦੇ ਕੋਲ ਗਈ ਹੈ। ਨਿਰਪਤ ਬਿਲੋਕਤ ਚਰਨ ਬਚਨ ਬਖਾਨਾ, ਤੇ ਜਿਵੇਂ ਹੀ ਰਾਜੇ ਸ਼ਿਵ ਨਾਭ ਨੇ ਇਹਨੂੰ ਆਉਂਦੀ ਦੇਖਿਆ, ਕੋਲ ਪਹੁੰਚੀ, ਦੇਖਦੇ ਸਾਰ ਉਹਨੇ ਬਚਨ ਬਖਾਨਾ, ਉਸੇ ਵੇਲੇ ਪੁੱਛਣ ਲੱਗਾ, ਹਾਲ ਪੁੱਛਦਾ ਹੈ। ਕਹੋ ਸਾਂਤ ਨਿਸਕਸ ਪਹਿਚਾਨਾ, ਕਹਿਣ ਲੱਗਾ ਦੱਸ ਫਿਰ, ਅੱਗੇ ਵੀ ਜਿੰਨੇ ਸਾਧੂ ਜਿੰਨਿਆਂ ਦੇ ਕੋਲ ਤੂੰ ਜਾਂਦੀ ਸੀ ਉਹਨਾਂ ਦੀ ਪਹਿਚਾਣ ਕਰਕੇ ਆਉਂਦੀ ਸੀ ਤੇ ਦੱਸਦੀਆਂ ਸੀ ਆ ਕਰਕੇ ਕਿ ਇਹ ਰਾਜਨ ਅੱਜ ਜਿਹੜੇ ਸਾਧੂ ਕੋਲ ਉਸ ਗਈਆਂ ਉਹਨੇ 5 ਮਿੰਟ ਨਹੀਂ ਕੱਢੇ, ਆਖਰ ਡੋਲ ਗਿਆ। ਕਦੀ ਦੱਸਦੀਆਂ ਸੀ, ਅੱਜ ਜਿਹੜਾ ਫਕੀਰ ਆਇਆ ਸੀ ਉਹ 10 ਕੁ ਮਿੰਟ ਹੀ ਟਿਕਿਆ, 10 ਕੁ ਮਿੰਟ ਉਹਨੇ ਅੱਖਾਂ ਮੀਟਿੰਗਾਂ ਪਖੰਡ ਕੀਤਾ, ਪਰ 10 ਮਿੰਟਾਂ ਬਾਅਦ ਉਹਦਾ ਆਪਣੇ ਆਪ 'ਤੇ ਕਾਬੂ ਨਾ ਰਿਹਾ। ਅੱਜ ਇਸੇ ਤਰ੍ਹਾਂ ਪੁੱਛਦਾ ਕਿ ਦੱਸੋ ਇਹ ਧੀਏ, ਇਹ ਦਾਸੀ, ਇਹ ਗੋਲੀ ਦੱਸਣਾ ਕਰ, ਜਿਸ ਸੰਤ ਦੇ ਕੋਲ ਰਾਤ ਗਈ ਸੀ ਉਹਦਾ ਕੀ ਬਿਰਤਾਂਤ ਹੈ, ਉਹਦੀ ਕੀ ਕਹਾਣੀ ਹੈ, ਉਹ ਕਿੰਨਾ ਕੁ ਸਮਾਂ ਕੱਢ ਸਕਿਆ, ਉਹ ਕਿੰਨਾ ਕੁ ਸਮਾਂ ਟਿਕ ਸਕਿਆ ਹੈ। ਕਾਮਾਂਤੁਰ ਕਰ ਜਿਤਿਓ ਕੇ ਨਾਹੀ, ਤੂੰ ਉਹਨੂੰ ਕਾਮਾਂਤੁਰ ਕਰ, ਆਪਣੇ ਸਰੀਰ ਦੇ ਹਾਵ ਭਾਵ ਕਾਮਾਂਤੁਰ ਬਿਰਤੀਆਂ ਦੇ ਨਾਲ ਉਹਨੂੰ ਆਕਰਸ਼ਿਤ ਕੀਤਾ ਕਿ ਨਹੀਂ, ਉਹਦੀਆਂ ਬਿਰਤੀਆਂ ਜਿਹੜੀਆਂ ਹਿੱਲੀਆਂ ਕਿ ਨਹੀਂ ਹਨ। ਜਸ ਬੀਤੀ ਤਸ ਕਹੋ ਮੁਝ ਪਾਹੀ, ਜਿਸ ਤਰ੍ਹਾਂ ਵੀ ਬੀਤੀ ਹੈ ਰਾਤ ਦਾ, ਜੋ ਵੀ ਕੋਈ ਰਾਤ ਦਾ ਘਟਨਾ ਕ੍ਰਮ ਹੈ ਉਹ ਸਾਰਾ ਜਿਉਂਦਾ ਤਿਆਂ ਮੇਰੇ ਸਾਹਮਣੇ ਦੱਸਣਾ ਕਰ। ਸਰਬ ਅੰਗਨਾ ਮੈਂ ਜੋ ਪ੍ਰਧਾਨਾ, ਜੋ ਸਰੀਰ ਦੇ ਸਾਰੇ ਅੰਗਨਾਂ ਦੇ ਵਿੱਚ, ਅੰਗਾਂ ਦੇ ਵਿੱਚ ਪ੍ਰਧਾਨ ਹੈ, ਸਾਰੇ ਸਰੀਰ ਦੀ ਜਿਸ ਦੇ ਕੋਲ ਸੁਤੰਦਰਤਾ ਹੈ, ਬਾਕੀ ਸਾਰੀਆਂ ਦਾਸੀਆਂ ਦੇ ਵਿੱਚ ਜਿਹੜੀ ਸਾਰਿਆਂ ਤੋਂ ਪ੍ਰਧਾਨ ਹੈ। ਸੋ ਬੋਲੀ ਸੁਣੀਏ ਰਾਜਾਨਾ, ਉਹ ਬੜੇ ਪਿਆਰ ਦੇ ਨਾਲ ਬੋਲੀ ਕਿ ਇਹ ਰਾਜਾ ਸ਼ਿਵ ਨਾਭ, ਰਾਤ ਦੀ ਜੋ ਕਹਾਣੀ ਹੈ, ਰਾਤ ਦਾ ਜੋ ਬਿਰਤਾਂਤ ਹੈ, ਬੜਾ ਵਿਲੱਖਣ ਹੈ, ਤੂੰ ਸੁਣਨਾ ਕਰ। ਰੱਬ ਬਹੁਤ ਫਕੀਰ ਜੇ ਆਏ, ਪਹਿਲਾਂ ਬਹੁਤ ਫਕੀਰ ਆਏ ਨੇ ਇਸ ਨਗਰੀ ਦੇ ਅੰਦਰ, ਤੂੰ ਸਾਰਿਆਂ ਦੇ ਕੋਲ ਸਾਨੂੰ ਭੇਜਦਾ ਰਿਹਾ, ਪਰ ਪਹਿਲਾਂ ਜਿੰਨੇ ਵੀ ਫਕੀਰ ਆਏ ਹਨ, ਦੇਖ ਰੂਪ ਤੇ ਸਭੈ ਲੁਭਾਏ, ਪੋਤੀ ਹੈ ਰੂਪ ਦੇਖ ਕਰਕੇ, ਭਾਵ ਇਸਤਰੀ ਰੂਪ ਦੇਖ ਕਰਕੇ, ਉਹ ਸਾਰੇ ਦੇ ਸਾਰੇ ਫਕੀਰ ਜਿਹੜੇ ਸਨ ਟਿਕ ਨਾ ਸਕੇ, ਲੁਭਾਏ ਮਨ ਹੋ ਗਏ, ਉਹ ਵਾਸ਼ਨਾ ਗ੍ਰਸਤ ਹੋ ਗਏ ਸਨ। ਇਨ ਸੋ ਹਾਵ ਭਾਵ ਮੈਂ ਕਿਨੇ, ਪਰ ਕਮਾਲ ਦੀ ਗੱਲ ਹੈ ਰਾਜਾ, ਰਾਤ ਜਿਹਦੇ ਕੋਲ ਮੈਂ ਗਈ ਹਾਂ ਪਹਿਲਾਂ ਨਾਲੋਂ ਵੀ ਵੱਧ ਕੇ ਸਰੀਰ ਦੇ ਹਾਵ ਭਾਵ ਜਿਹੜੇ ਸਨ ਮੈਂ ਇਹਨਾਂ ਦੇ ਸਾਹਮਣੇ ਕਰਨੇ ਕੀਤੇ ਹਨ, ਜੋ ਉਹਨਾਂ ਦੇ ਸਾਹਮਣੇ ਕੀਤੇ ਉਹ ਤੇ ਉਸ ਦੇ ਨਾਲੋਂ ਵੀ ਵੱਧ ਕੇ ਹਾਵ ਭਾਵ ਕੀਤੇ ਹਨ। ਜਿਨ ਵੀ ਲੋਕ ਮੁਣ ਤਪੀ ਪੁਲੀ ਨੇ, ਤੇ ਉਹ ਸਰੀਰ ਦੇ ਹਾਵ ਭਾਵ, ਉਹ ਮੇਰੀ ਜ਼ੁਬਾਨ ਦੇ ਮਿੱਠੇ ਬੋਲ, ਉਹ ਮੇਰੇ ਸਰੀਰ ਦੇ ਸ਼ਿੰਗਾਰ, ਜਿਹਨਾਂ ਨੂੰ ਦੇਖ ਕਰਕੇ, ਬੋਲਾਂ ਨੂੰ, ਗੱਲਾਂ ਨੂੰ ਸੁਣ ਕਰਕੇ, ਵੱਡੇ ਵੱਡੇ ਤਪੀ ਜਿਹੜੇ ਸਨ ਉਹਨਾਂ ਨੂੰ ਤਪ ਭੁੱਲ ਗਏ, ਉਹਨਾਂ ਦੀਆਂ ਸਮਾਧੀਆਂ ਡੋਲ ਗਈਆਂ, ਉਹਨਾਂ ਦੇ ਜੀਵਨ ਪੱਧਰ ਜਿਹੜੇ ਸਨ ਨੀਵੇਂ ਹੋ ਗਏ ਹਨ। ਇਨਕੇ ਤਨਕੋ ਤਨਕ ਨ ਪਰਸੇ, ਪਰ ਰਾਜਾ ਕਮਾਲ ਦੀ ਗੱਲ, ਮੈਂ ਸਾਰੀ ਰਾਤ ਕੋਸ਼ਿਸ਼ ਕਰਕੇ ਵੇਖੀ, ਪਰ ਮੇਰੇ ਸਰੀਰ ਦੇ ਹਾਵ ਭਾਵ, ਮੇਰੀਆਂ ਕਾਮਾਂਤੁਰ ਬਿਰਤੀਆਂ ਇਹਨਾਂ ਦੇ ਸਰੀਰ ਨੂੰ ਸਪਰਸ਼ ਤੱਕ ਨਾ ਕਰ ਸਕੀਆਂ। ਰਹੇ ਅਡੋਲ ਸੇ ਕੰਚਨ ਗਿਰਸੇ, ਤੇ ਜਿਸ ਤਰ੍ਹਾਂ ਸਮੇਰੂ ਪਰਬਤ ਹੈ ਜਿਹੜਾ ਕਿਤਨੇ ਵੀ ਤੂਫਾਨ, ਝੱਖੜ ਆਦਿਕ ਭੂਚਾਲ ਆਉਣੋਂ ਡੋਲਦਾ ਨਹੀਂ,
ਇਹਨਾਂ ਦੇ ਰਾਤ ਵਾਲੇ ਜਿਹੜੇ ਫਕੀਰ ਸਾਧੂ ਮਿਲੇ ਨੇ ਇਹਨਾਂ ਦੇ ਤਨ ਜਿਹੜੇ ਹਨ ਸਮੇਰੂ ਪਰਬਤ ਦੀ ਤਰ੍ਹਾਂ ਅਡੋਲ ਰਹੇ, ਰੱਤੀ ਭਰ ਵੀ ਨਾ ਉਹਨਾਂ ਦੀਆਂ ਅੱਖਾਂ ਡੋਲੀਆਂ, ਨਾ ਉਹਨਾਂ ਦੀ ਜ਼ਬਾਨ ਡੋਲੀ, ਨਾ ਉਹਨਾਂ ਦਾ ਤਨ ਡੋਲਿਆ। ਕਿਰਪਾ ਦ੍ਰਿਸ਼ਟ ਪੁਨ ਹਮ ਪਰਤਿਨੀ, ਉਲਟਾ ਅਸੀਂ ਉਹਨਾਂ ਨੂੰ ਆਪਣੀ ਆਕਰਸ਼ਿਤ ਕਰਨ ਵਾਸਤੇ ਗਏ ਸੀ, ਆਪਣੇ ਵੱਲ ਖਿੱਚਣ ਗਏ ਸੀ, ਪਰ ਹੋਇਆ ਇੰਜ ਉਹਨਾਂ ਨੇ ਸਾਨੂੰ ਆਪਣੇ ਵੱਲ ਖਿੱਚ ਲਿਆ। ਉਹਨਾਂ ਨੇ ਸਾਨੂੰ ਪਰਮੇਸ਼ਰ ਦੀ ਭਗਤੀ ਦਾ ਰਾਹ, ਉਸ ਭਗਤੀ ਦਾ ਮਾਰਗ ਦਰਸਾ ਕਰਕੇ ਸਾਨੂੰ ਉਪਦੇਸ਼ ਬਖਸ਼ ਦਿੱਤਾ। ਹਰ ਸਿਮਰਨ ਕਾ ਰਸ ਮਤ ਭਿੰਨੀ, ਅਸੀਂ ਤਾਂ ਉਹਨਾਂ ਨੂੰ ਵਾਸ਼ਨਾਵਾਂ ਦਾ ਰਸ ਦੇਣ ਗਈਆਂ ਸੀ, ਪਰ ਉਹਨਾਂ ਨੇ ਅੱਗੋਂ ਸਾਨੂੰ ਹਰੀ ਨਾਮ ਦਾ ਰਸ ਜਿਹੜਾ ਸੋ ਬਖਸ਼ ਦਿੱਤਾ। ਅਸੀਂ ਉਹਨਾਂ ਦੀ ਬਿਰਤੀ ਨੂੰ ਸੰਸਾਰ ਦੀ ਵਾਸ਼ਨਾ 'ਚ ਭਿੱਜਣ ਭਿਉਣ ਵਾਸਤੇ ਗਈਆਂ, ਪਰ ਉਹਨਾਂ ਨੇ ਸਾਡੀਆਂ ਬਿਰਤੀਆਂ ਨਾਮ ਰਸ ਵਿੱਚ ਭਿਉ ਕੇ ਰੱਖ ਦਿੱਤੀਆਂ। ਇਹ ਤੋਂ ਪੂਰਨ ਪੁਰਖ ਕਿਰਪਾਲਾ, ਇਸ ਕਰਕੇ ਰਾਜਾ ਜਿਹੜਾ ਰਾਤ ਫਕੀਰ ਆਇਆ ਨਾ, ਇਹ ਕੋਈ ਸਧਾਰਨ ਫਕੀਰ ਨਹੀਂ ਲੱਗਦਾ ਮੈਨੂੰ, ਇਹ ਪੂਰਨ ਪੁਰਖ ਹੈ, ਇਹ ਕੋਈ ਕਿਰਪਾਲੂ ਹੈ, ਇਹ ਖੁਦਾ ਦੇ ਨਾਮ ਵਿੱਚ ਰੰਗਿਆ ਖੁਦਾ ਦਾ ਰੂਪ ਜਾਪਦਾ ਹੈ। ਜਿਸ ਕੋ ਦਰਸ਼ਨ ਕਰਤ ਨਿਹਾਲਾ, ਜਿਸ ਦੇ ਦੀਦਾਰ ਕਰਕੇ ਹੀ ਸਰੀਰ ਦਾ ਰੋਮ ਰੋਮ ਜਿਹੜਾ ਉਹ ਖਿੜ ਜਾਂਦਾ ਹੈ, ਨਿਹਾਲ ਹੋ ਜਾਈਦਾ, ਅੰਦਰ ਨੂੰ ਇੱਕ ਆਨੰਦ ਮਿਲ ਜਾਂਦਾ ਹੈ। ਪੂਰਬ ਜਨ ਕਰਮ ਹਮ ਜਾਗੇ, ਸਾਡੇ ਤਾਂ ਰਾਜਾ ਸੱਚ ਪੁੱਛੇ ਕੋਈ ਪੂਰਬਲੇ ਜਨਮਾਂ ਦੇ ਬਹੁਤ ਭਾਰੀ ਤਪ ਦੇ ਕੋਈ ਕਰਮ ਜਾਗ ਪਏ ਹਨ। ਤੋ ਪੁਰਸ਼ੋਤਮ ਸੇਵਾ ਲਾਗੇ, ਜਿਹੜੇ ਅਸੀਂ ਐਸੇ ਪੁਰਸ਼ੋਤਮ ਉੱਤਮ ਪੁਰਸ਼ ਦੀ, ਪੁਰਸ਼ੋਤਮ ਦਾ ਭਾਵ ਸੰਸਾਰ ਤੇ ਬਹੁਤ ਪੁਰਸ਼ ਨੇ, ਪਰ ਕੋਈ ਉੱਤਮ ਪੁਰਸ਼ ਹੁੰਦਾ ਜਿਵੇਂ ਬਹੁਤ ਪੁਰਖ ਨੇ, ਜੇ ਅਸੀਂ ਕਹਿੰਦੇ ਇਹ ਮਹਾਂਪੁਰਖ ਹੈ, ਇਹ ਮਹਾਨ ਪੁਰਖ ਹੈ, ਇਸ ਤਰ੍ਹਾਂ ਬੜੇ ਪੁਰਸ਼ ਨੇ, ਪਰ ਕੋਈ ਉੱਤਮ ਪੁਰਸ਼ ਹੁੰਦਾ ਹੈ। ਕਹਿੰਦੀ ਸਾਡੇ ਬਹੁਤ ਵੱਡੇ ਭਾਗ ਜੋ ਅਸੀਂ ਐਸੇ ਉੱਤਮ ਪੁਰਸ਼ ਦੀ ਰਾਤ ਸੇਵਾ ਕੀਤੀ ਹੈ। ਸਰਬ ਰਹਿਣ ਦੇ ਕਰ ਉਪਦੇਸਾ, ਸਾਰੀ ਰਾਤ ਸਾਨੂੰ ਪਰਮੇਸ਼ਰ ਦੇ ਘਰ ਦਾ, ਅਧਿਆਤਮਿਕਤਾ ਦੇ ਮਾਰਗ ਦਾ ਉਪਦੇਸ਼ ਬਖਸ਼ਿਆ। ਕਿਉਂ ਕਿਰਤਾਰਥ ਸੁਣ ਹੁਣ ਨਰੇਸਾ, ਉਹਨੇ ਸਾਡੇ ਅੰਦਰ ਦੇ ਵਿਕਾਰ ਜਿਹੜੇ ਸਨ ਉਹ ਖਤਮ ਕੀਤੇ। ਐ ਨਰੇਸ਼, ਐ ਰਾਜਾ, ਜਿਵੇਂ ਉਹਨੇ ਸਾਨੂੰ ਕਿਰਤਾਰਥ ਕੀਤਾ, ਸੁਣਨਾ ਕਰ। ਵਿਸੈ ਭੋਗ ਵਿਸ਼ਟਾ ਕੀ ਨਿਆਈ, ਉਹਨੇ ਸਾਨੂੰ ਸਮਝਾਇਆ ਉਸ ਫਕੀਰ ਨੇ ਕਿ ਜਿਹੜੇ ਵਿਸ਼ੇ ਅਸੀਂ ਭੋਗ ਰਹੀਆਂ ਹਾਂ ਤੇਰੇ ਮਹਿਲਾਂ ਵਿੱਚ ਰਹਿ ਕਰਕੇ ਆਪਣੀ ਜ਼ਿੰਦਗੀ ਦੇ ਗੁਜ਼ਾਰੇ ਵਾਸਤੇ ਜਾਂ ਜ਼ਿੰਦਗੀ ਦੀਆਂ ਲੋੜਾਂ ਵਾਸਤੇ ਜਾਂ ਮਨੁੱਖੀ ਮਨ, ਇਕੱਲੀ ਸਾਡੀ ਬਾਤ ਨਹੀਂ ਹੈ, ਸਾਰੇ ਲੋਕ ਆਪਣੇ ਮਨੁੱਖੀ ਲੋੜਾਂ, ਸਰੀਰ ਦੀਆਂ ਲੋੜਾਂ ਲਈ ਜੋ ਵਿਸ਼ੇ ਭੋਗਦੇ ਨੇ, ਸਾਹਿਬ ਜੀ ਦੇ ਪ੍ਰਥਾਏ ਕਹਿਣ ਲੱਗੀਆਂ, ਸਾਨੂੰ ਇਹ ਉਪਦੇਸ਼ ਮਿਲਿਆ ਕਿ ਸਾਰੇ ਵਿਸ਼ੇ ਵਿਕਾਰ ਜਿਹੜੇ ਅਸੀਂ ਭੋਗਦੇ ਹਾਂ। ਦੁਰਗੰਧਤ ਸੋ ਹਮੈ ਨਾ ਭਾਈ, ਤੇ ਉਹ ਫਕੀਰ ਕਹਿਣ ਲੱਗਾ ਸਾਰੀ ਦੁਰਗੰਧੀ ਹੈ, ਇਹਨਾਂ ਵਿੱਚੋਂ ਕਦੀ ਸੁਗੰਧੀ ਨਹੀਂ ਆਉਂਦੀ, ਇਹਨਾਂ ਨੂੰ ਕਹਿੰਦੇ ਹੀ ਵਾਸ਼ਨਾਵਾਂ ਹਨ ਤੇ ਇਹਨਾਂ ਚੋਂ ਹਮੇਸ਼ਾ ਦੁਰਗੰਧ ਹੈ, ਤੇ ਉਹ ਫਕੀਰ ਕਹਿੰਦਾ ਸੀ ਇਹ ਸਾਨੂੰ ਪਾਉਂਦੀ ਨਹੀਂ ਹੈ। ਤੇ ਇਸੇ ਤਰ੍ਹਾਂ ਉਹਨੇ ਸਾਨੂੰ ਵੀ ਉਪਦੇਸ਼ ਬਖਸ਼ਿਆ ਕਿ ਜਦੋਂ ਉਸ ਨਾਮ ਦੇ ਰਸ ਵਿੱਚ ਜੁੜ ਜਾਊਗੀਆਂ ਤੁਹਾਨੂੰ ਸੰਸਾਰ ਦੇ ਵਿਸ਼ਿਆਂ ਵਿੱਚੋਂ ਆਉਂਦੀ ਹੋਈ ਦੁਰਗੰਧੀ ਜਿਹੜੀ ਹੈ ਉਹ ਕਦੀ ਪਾਏਗੀ ਨਹੀਂ। ਦੇਖੋ ਦੁਰਗੰਧੀ ਜਿਹੜੀ ਹੈ ਹਰ ਚੀਜ਼ ਵਿੱਚੋਂ ਆਉਂਦੀ ਹੈ, ਪਰ ਕਈ ਦਫ਼ਾ ਕੁਛ ਲੋਕ ਹੱਡਾ ਰੋੜੀ 'ਤੇ ਰਹਿਣ ਵਾਲੇ ਹੁੰਦੇ ਨੇ, ਆਪਾਂ ਉੱਥੋਂ ਲੰਘਣਾ ਵੀ ਹੋਵੇ ਅਤੇ ਅਸੀਂ ਮੂੰਹ 'ਤੇ 10 ਕੱਪੜੇ ਰੱਖਦੇ, ਕਈ ਵਾਰ ਬੜੀ ਦੁਰਗੰਧੀ ਆ ਰਹੀ, ਬੜੀ ਸਮੈਲ ਆ ਰਹੀ। ਇੱਕ ਉਹ ਬੰਦਾ ਜਿਹੜਾ ਸਾਰਾ ਦਿਨ ਉੱਥੇ ਕੰਮ ਕਰਦਾ ਉਹਦਾ ਨੱਕ ਮਰ ਜਾਂਦਾ, ਉਹਨੂੰ ਨਹੀਂ ਪਤਾ ਇੱਥੇ ਦੁਰਗੰਧੀ, ਇੱਕ ਚਮੜੇ ਦਾ ਕੰਮ ਕਰਨ ਵਾਲਾ ਉਹਨੂੰ ਕੋਈ ਦੁਰਗੰਧੀ ਨਹੀਂ। ਇਸ ਤਰ੍ਹਾਂ ਜਦੋਂ ਸਮਝ ਆ ਜਾਂ ਵੀ ਦੁਰਗੰਧੀ ਆਉਂਦੀ ਹੈ ਫਿਰ ਅਸੀਂ ਉਹਦੇ ਤੋਂ ਦੂਰ ਭੱਜਦੇ ਹਾਂ। ਫਿਲਹਾਲ ਵਾਸ਼ਨਾਵਾਂ ਵਿੱਚ ਅਸੀਂ ਇੰਨੇ ਕੁ ਗ੍ਰਸੇ ਹਾਂ, ਸਾਡੇ ਨੱਕ ਮਰ ਚੁੱਕੇ ਨੇ, ਸਾਨੂੰ ਵਾਸ਼ਨਾਵਾਂ 'ਚੋਂ ਕਦੀ ਦੁਰਗੰਧੀ ਨਹੀਂ ਆਉਂਦੀ। ਜਿਹਨੂੰ ਵਾਸ਼ਨਾਵਾਂ ਵਿੱਚੋਂ ਦੁਰਗੰਧੀ ਆ ਗਈ ਹੈ ਉਹ ਫਿਰ ਇਸ ਦੁਰਗੰਧੀ ਤੋਂ ਭੱਜਦਾ। ਕਦੀ ਬੰਦਾ ਕਹਿੰਦਾ ਵੀ ਇੱਥੇ ਦੁਰਗੰਧੀ ਆਉਂਦੀ ਅਤੇ ਬੈਠੋ ਇੱਥੇ, ਨਹੀਂ ਭਾਈ, ਦੁਰਗੰਧੀ ਆਉਣ ਲੱਗੀ ਹੈ, ਕੋਈ ਹੱਲ ਕਰੋ,
ਕੁਛ ਇੱਥੇ ਛਿੜਕਾਅ ਕਰੋ, ਸੰਸਾਰ ਦਾ ਇੱਕ ਸੁਭਾਅ ਹੈ। ਇਸੇ ਤਰ੍ਹਾਂ ਸਾਹਿਬ ਕਹਿਣ ਲੱਗੇ, ਬੱਚੀਆਂ ਕਹਿੰਦੀਆਂ ਸਾਨੂੰ ਸਮਝਾਇਆ ਉਸ ਫਕੀਰ ਨੇ, ਜਿਹੜਾ ਮਨੁੱਖੀ ਮਨ ਜਾਗ ਪੈਂਦਾ ਹੈ ਉਹਨੂੰ ਦੁਰਗੰਧੀ ਆਉਂਦੀ ਤੇ ਦੁਰਗੰਧੀ ਕਦੀ ਪਿਆਰੀ ਨਹੀਂ ਲੱਗਦੀ। ਹਿਰਦੇ ਸ਼ਾਂਤ ਪ੍ਰਾਪਤ ਸਭ ਭਾਂਤੀ। ਇਸ ਤਰ੍ਹਾਂ ਇਹ ਰਾਜਾ ਉਹਦੇ ਉਪਦੇਸ਼ ਦੇ ਨਾਲ ਸਾਨੂੰ ਸਰਬ ਪ੍ਰਕਾਰ ਕਰਕੇ ਅੰਦਰ ਦੀ ਸ਼ਾਂਤੀ ਪ੍ਰਾਪਤ ਹੋਈ ਹੈ। ਸੁਨਤ ਬਚਨ ਪੀ ਸੀਤਲ ਛਾਤੀ। ਉਹਦੇ ਬਚਨ ਸੁਣ ਕਰਕੇ, ਉਹਦੇ ਦੀਦਾਰ ਕਰਕੇ, ਉਹਦੇ ਇਲਾਹੀ ਬੋਲ ਸੁਣ ਕਰਕੇ ਸਾਡੀ ਛਾਤੀ, ਸਾਡਾ ਹਿਰਦਾ ਜਿਹੜਾ ਉਹ ਸ਼ੀਤਲ ਹੋ ਗਿਆ, ਸ਼ਾਂਤ ਹੋ ਗਿਆ ਹੈ। ਕਾਢ ਨਰਕ ਤੇ ਸੁਰਗ ਪੁਚਾਏ। ਕਹਿਣ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਸਾਨੂੰ ਉਸ ਫਕੀਰ ਨੇ, ਉਸ ਸਾਈਂ, ਉਸ ਖੁਦਾ ਰੂਪ ਨੇ ਇਸ ਵਾਸ਼ਨਾਵਾਂ ਦੇ ਕੁੰਭੀ ਨਰਕ ਜੋ ਅਸੀਂ ਦਿਨ ਰਾਤ ਮਨੁੱਖੀ ਮਨ ਵਿੱਚ ਭੋਗ ਰਹੀਆਂ, ਦਿਨ ਰਾਤ ਜੋ ਵਿਸ਼ਿਆਂ ਦੇ ਨਾਲ ਗਲਤਾਨ ਜ਼ਿੰਦਗੀ ਅਸੀਂ ਭੋਗਦੀਆਂ, ਉਹਨੇ ਸਾਨੂੰ ਇਸ ਨਰਕ ਚੋਂ ਚੁੱਕ ਕਰਕੇ, ਕੱਢ ਕਰਕੇ ਅਧਿਆਤਮਿਕਤਾ ਦੇ ਸਵਰਗ ਵਿੱਚ ਪਹੁੰਚਾ ਦਿੱਤਾ ਹੈ। ਐਸੋ ਸ਼ਾਂਤ ਪਿਖੇ ਉਹ ਨਿਸ ਜਾਏ। ਅਸੀਂ ਰਾਤ ਜਾ ਕਰਕੇ ਇਸ ਤਰ੍ਹਾਂ ਦਾ ਸੰਤ ਵੇਖਿਆ, ਉਹ ਕੋਈ ਦੰਭੀ ਨਹੀਂ, ਕੋਈ ਪਾਖੰਡੀ ਨਹੀਂ, ਕੋਈ ਠੱਗ, ਕੋਈ ਲੁਟੇਰਾ ਨਹੀਂ, ਉਹ ਹਕੀਕਤ ਦੇ ਵਿੱਚ ਬਹੁਤ ਕਾਮਲ ਫਕੀਰ ਹੈ। ਸੁਣਤ ਭੂਪ ਮਨ ਮਹਿ ਹਰ ਖਾਨਾ। ਜਦੋਂ ਸ਼ਿਵ ਨਾਭ ਨੇ ਸੁਣਿਆ ਹੈ ਕਿ ਅੱਜ ਕੋਈ ਤਾਂ ਮਿਲਿਆ ਜਿਹੜਾ ਇਸ ਪਰਖ ਦੇ ਵਿੱਚ ਪੂਰਾ ਉਤਰਿਆ, ਸੁਣ ਕਰਕੇ ਬਹੁਤ ਖੁਸ਼ ਹੋਇਆ ਹੈ। ਹੈ ਇਹ ਸ੍ਰੀ ਨਾਨਕ ਗਤ ਦਾਨਾ। ਮਨ ਦੇ ਵਿੱਚ ਖਿਆਲ ਆਇਆ ਵੀ ਫਿਰ ਜ਼ਰੂਰ ਗੁਰੂ ਨਾਨਕ ਹੀ ਹੋਏਗਾ, ਕਿਉਂਕਿ ਇੰਨੇ ਵੱਡੇ ਜੀਵਨ ਦਾ ਉੱਚਾ ਪੱਧਰ ਗੁਰੂ ਨਾਨਕ ਦਾ ਹੀ ਹੋ ਸਕਦਾ, ਸੰਸਾਰ ਦੀਆਂ ਵਾਸ਼ਨਾਵਾਂ ਤੋਂ ਪਰੇ ਗੁਰੂ ਨਾਨਕ ਹੀ ਹੋ ਸਕਦਾ। ਬਾਕੀ ਤੇ ਬਹੁਤ ਲੋਕ ਆਏ ਸੀ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ, ਪਰ ਸਾਰੇ ਡੋਲ ਗਏ। ਆਖਿਰ ਮਨ ਦੇ ਵਿੱਚ ਖਿਆਲ ਬਣਦਾ ਹੈ, ਮਨ ਦੇ ਵਿੱਚ ਫੈਸਲਾ ਬਣਦਾ ਹੈ, ਗੁਰੂ ਨਾਨਕ ਹੀ ਹੋਏਗਾ। ਕਲੀ ਕਾਲ ਕੀ ਪ੍ਰਬਲ ਕੁਚਾਲੀ। ਕਿਉਂਕਿ ਇਸ ਸੰਸਾਰ ਦੇ ਉੱਤੇ ਕਲਯੁਗ ਦੀ ਬਹੁਤ ਭਿਆਨਕ ਜੋ ਖੋਟੀ ਚਾਲ ਚੱਲਦੀ ਪਈ ਹੈ। ਜਤ ਸਤ ਤੇ ਕੀਏ ਨਰ ਸਭ ਖਾਲੀ। ਤੇ ਜਤ ਸਤ ਭਜਨ ਬੰਦਗੀ ਵੱਲੋਂ ਇਸ ਕਲਯੁਗ ਨੇ ਸਾਰੇ ਮਨੁੱਖਾਂ ਨੂੰ ਅੰਦਰੋਂ ਖਾਲੀ ਕਰ ਦਿੱਤਾ ਹੈ। ਬਿਨ ਸ੍ਰੀ ਨਾਨਕ ਕੋਏ ਨਾ ਪੂਰਨ। ਇਸ ਤਰ੍ਹਾਂ ਇਸ ਕਲਯੁਗ ਦੇ ਸਮੇਂ ਅੰਦਰ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਿਨਾਂ ਕੋਈ ਵੀ ਪੂਰਨ ਨਹੀਂ ਹੋ ਸਕਦਾ। ਅਸ ਵਿਚਾਰ ਗਮਨਿਓ ਪੁਣ ਤੁਰਨ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਕੇ ਤੁਰੰਤ ਰਾਜਾ ਸ਼ਿਵ ਨਾਭ ਜਿਹੜਾ ਸੀ ਉਹਨੇ ਤਿਆਰੀ ਖਿੱਚ ਲਈ, ਕਿਉਂਕਿ ਸਵੇਰੇ ਨੂੰ ਖਬਰ ਮਿਲ ਗਈ ਹੈ ਕਿ ਜੋ ਫਕੀਰ ਆਇਆ ਉਹ ਕਾਮਲ ਫਕੀਰ ਹੈ। ਬਸ ਉਸੇ ਵੇਲੇ ਦਿਨ ਚੜ੍ਹਨ ਦੀ ਦੇਰ ਸੀ, ਰਾਜੇ ਸ਼ਿਵ ਨਾਭ ਨੇ ਕੁਝ ਭੇਟਾਂ ਲਈਆਂ ਨੇ, ਕੁਝ ਭਲੇ ਪੁਰਖ ਨਾਲ ਲਏ ਨੇ ਤੇ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਅਲਾਹੀ ਦਰਗਾਹੀ ਬਚਨ ਸੁਣਨ ਵਾਸਤੇ ਤੇ ਦੀਦਾਰ ਕਰਨ ਦੇ ਵਾਸਤੇ ਰਾਜਾ ਸ਼ਿਵ ਨਾਭ ਜਿਹੜਾ ਸੋ ਤੁਰ ਪਿਆ ਹੈ। ਇੱਥੇ ਸਮਾਂ ਸਮਾਪਤ ਹੈ, ਇਹਨੇ ਸ਼ਬਦ ਪ੍ਰਵਾਨ ਕਰਨੇ। ਅਗਾਂਹ ਜੋ ਰਾਜਾ ਸ਼ਿਵ ਨਾਭ ਸਤਿਗੁਰਾਂ ਦੇ ਚਰਨ ਪਰਸੇਗਾ, ਜੋ ਸਾਹਿਬ ਜੀ ਉਪਦੇਸ਼ ਬਖਸ਼ਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸਮਤ ਦੀ ਦਾਤ ਬਖਸ਼ ਕੇ ਨਿਵਾਜਨਾ ਕਰਨ। ਕਲੀ ਕਾਲ ਕੀ ਪ੍ਰਬਲ ਕੁਚਾਲੀ, ਜਤ ਸਤ ਤੇ ਕੀਏ ਨਰ ਸਭ ਖਾਲੀ, ਬਿਨ ਸ੍ਰੀ ਨਾਨਕ ਕੋਏ ਨਾ ਪੂਰਨ, ਅਸ ਵਿਚਾਰ ਗਮਨਿਓ ਪੁਣ ਤੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।